ਮੇਰੇ ਸਾਹਮਣੇ ਹਨੇਰਾ ਹੀ ਹਨੇਰਾ ਏ ਪਰ ਮੇਰੇ ਅੰਦਰ ਸੂਰਜ ਲੁਕਿਆ ਏ ਮੈਨੂੰ ਜ਼ਿੰਦਗੀ ਮਾਰੇ ਹਰ ਮੋੜ ਤੇ ਪਰ ਇਹ ਸਫ਼ਰ ਅਜੇ ਨਾਮੁਖੀ ਆਏ ਮੈਂ ਆਸ ਕਰਾਂ ਪਿਆਸ ਬੁਝਾਉਣ ਦੀ ਜੇ ਸਭ ਮਾਰੂਥਲ ਬਣ ਚੁੱਕਿਆ ਏ ਬਹਾਰਾਂ ਨੂੰ ਚਾਹੁੰਦੀ ਏ ਰੂਹ ਮੇਰੀ ਭਾਵੇਂ ਦਿਲ ਦਾ ਬਿਰਖ ਤਾਂ ਸੁੱਕਿਆ ਏ ਅੰਗਾਰੀਆਂ ਤੇ ਨਚਾਵੇ ਜ਼ਿੰਦਗੀ ਮੇਰਾ ਸ਼ਹਿਰ ਮੇਰੇ ਵਾਂਗ ਤੁਖਿਆ ਏ ਮੇਰੀ ਜਿੱਤ ਦੀ ਖਬਰ ਵੀ ਸੁਣ ਲਵੀ ਮੇਰਾ ਸਬਰ ਅਜੇ ਨਾ ਟੁੱਟਿਆ ਏ ਤੇਰੀ ਜਿੱਤ ਦੀ ਖਬਰ ਵੀ ਸੁਣ ਲਵੀ ਮੇਰਾ ਸਬਰ ਅਜੇ ਨਾ ਟੁੱਟਿਆ ਏ ਹੈਲੋ ਗਾਇਸ ਵੈਲਕਮ ਟੂ ਟੈਕ ਬਜ਼ਾਰ ਐਜੂਕੇਸ਼ਨਲ ਪਲੈਟਫਾਰਮ ਮਾਈ ਨੇਮ ਇਜ਼ ਕਰਨ ਅਤੇ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਜੀ ਆਪਨੇ ਅੱਜ ਦੇ ਇਸ 29th ਸੈੱਟ ਦੇ ਵਿੱਚ ਠੀਕ ਹੈ ਜੀ ਤਾਂ ਅੱਜ ਜੋ ਆਪਾਂ ਗੱਲ ਕਰਾਂਗੇ ਜੀ ਕਰੰਟ ਅਫੇਅਰ ਸਟੈਟਿਕ ਸਾਇੰਸ ਐਸਐਸਟੀ ਠੀਕ ਹੈ ਜੋ ਮਿਕਸਚਰ ਹੁੰਦਾ ਹੈ ਆਪਣਾ ਅਤੇ ਜੋ ਇਹ ਜੋ ਸੈੱਟ ਹੈ ਠੀਕ ਹੈ ਇਹ ਐਨਟੀਟੀ ਪਟਵਾਰੀ ਐਨਟੀਟੀ ਸੈਕੰਡ ਪੇਪਰ ਨਾਇਤ ਤਹਿਸੀਲਦਾਰ ਪੰਜਾਬ ਪੁਲਿਸ ਕੋਆਪਰੇਟਿਵ ਬੈਂਕ ਠੀਕ ਹੈ ਸਾਰਿਆਂ ਲਈ ਸਹਾਇਕ ਹੈ ਸੋ ਵੱਧਦੇ ਹਾਂ ਜੀ ਆਪਾਂ ਆਪਣੀ ਫਾਈਲ ਦੇ ਵੱਲ ਅੈਂਟੀਟੀ 393 ਦਾ ਪੇਡ ਕੋਰਸ ਚੱਲ ਰਿਹਾ ਹੈ ਜੀ ਠੀਕ ਹੈ ਤਾਂ ਜਿਸ ਨੂੰ ਤੁਸੀਂ ਲੈਣ ਲਈ ਠੀਕ ਹੈ ਆਪਨੇ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਐਂਡ ਇੱਕ ਨਵੀਂ ਫੈਸਿਲਿਟੀ ਹੈ ਟੈਟ ਬਜ਼ਾਰ ਐਪਲੀਕੇਸ਼ਨ ਤੇ ਉਹ ਹੈ ਜੀ ਪੀਡੀਐਫ ਸੀ ਠੀਕ ਹੈ ਤਾਂ ਸਾਰਾ ਜੋ ਅਸੀਂ ਵੀ ਅੱਜ ਤੱਕ ਕੰਮ ਕੀਤਾ ਹੈ ਤਾਂ ਉਹ ਸਾਰੇ ਦੀ ਤੁਸੀਂ ਪੀਡੀਐਫਸ ਅਵੇਲ ਕਰ ਸਕਦੇ ਹੋ ਠੀਕ ਹੈ ਸਿੰਪਲੀ ਟੈਟ ਬਜ਼ਾਰ ਐਪਲੀਕੇਸ਼ਨ ਤੇ ਜਾ ਕੇ ਠੀਕ ਹੈ ਜਿਸ ਦਾ ਲਿੰਕ ਇਜ਼ ਇਨ ਡਿਸਕ੍ਰਿਪਸ਼ਨ ਦੈਨ ਆਪਾਂ ਅੱਜ ਦੇ ਫਰਸਟ ਕੁਐਸਚਨ ਦੀ ਗੱਲ ਕਰਦੇ ਹਾਂ ਜੀ ਕਾਫੀ ਇੰਪੋਰਟੈਂਟ ਕੁਐਸਚਨ ਹੈ ਤਾਂ 1992 ਦਾ ਠੀਕ ਹੈ ਜੋ ਰਿਓ ਦਾ ਸਿਖਰ ਸੰਮੇਲਨ ਹੋਇਆ ਸੀ ਰਿਓ ਦਾ ਜੋ 1992 ਦਾ ਸਿਖਰ ਸੰਮੇਲਨ ਹੋਇਆ ਸੀ ਇਸ ਨੂੰ ਆਪਾਂ ਅਰਥ ਸਮਿਟ ਵੀ ਕਹਿੰਦੇ ਸੀ ਠੀਕ ਹੈ ਤਾਂ ਧਰਤੀ ਨਾਲ ਠੀਕ ਹੈ এনवायरमेंट ਨੂੰ ਬਚਾਉਣ ਲਈ ਠੀਕ ਹੈ ਪਹਿਲੀ ਵਾਰੀ ਜੋ ਸੰਮੇਲਨ ਹੋਇਆ ਸੀ ਉਹ ਰਿਓ ਹੋਇਆ ਸੀ ਠੀਕ ਹੈ ਧਰਤੀ ਨੂੰ ਲੈ ਕੇ ਠੀਕ ਹੈ ਤਾਂ ਇਸ ਨੂੰ ਵਿੱਚ ਜੋ ਅਜੰਡਾ 21 ਹੈ ਠੀਕ ਹੈ ਇੱਕ ਅਜੰਡਾ 21 ਕਾਫੀ ਫੇਮਸ ਹੈ ਜੀ ਇਸ ਦਾ ਠੀਕ ਹੈ ਤਾਂ ਸਿੰਪਲੀ ਦੱਸਣਾ ਹੈ ਕਿ ਜੋ एजेंडा 21 ਹੈ ਇਸ ਦਾ ਉਹ ਕਿਸ ਨਾਲ ਸੰਬੰਧਿਤ ਹੈ ਠੀਕ ਹੈ ਤਾਂ ਇਹ ਸੰਬੰਧਿਤ ਹੈ ਜੀ ਸਸਟੇਨੇਬਲ ਡਵੈਲਪਮੈਂਟ ਨਾਲ ਠੀਕ ਹੈ ਸਸਟੇਨੇਬਲ ਡਵੈਲਪਮੈਂਟ ਨਾਲ ਯਾਨੀ ਸਥਿਰ ਵਿਕਾਸ ਠੀਕ ਹੈ ਸਥਾਈ ਜਾਂ ਸਥਿਰ ਵਿਕਾਸ ਟਿਕਾਊ ਵਿਕਾਸ ਸਸਟੇਨੇਬਲ ਡਵੈਲਪਮੈਂਟ ਦਾ ਅਰਥ ਹੁੰਦਾ ਹੈ ਕਿ ਆਪਾਂ ਵਿਕਾਸ ਵੀ ਕਰਨਾ ਹੈ ਤੇ ਨਾਲੇ ਵਾਤਾਵਰਣ ਨੂੰ ਲੈ ਕੇ ਚੱਲਣਾ ਹੈ ਤਾਂ ਰੀਸੈਂਟਲੀ ਸਸਟੇਨੇਬਲ ਡਵੈਲਪਮੈਂਟ ਰੈਂਕਿੰਗ ਆਈ ਸੀ ਠੀਕ ਹੈ ਇਹ ਰੈਂਕਿੰਗ ਜੋ ਵਰਲਡ ਆਧਾਰ ਤੇ ਪਹਿਲੇ ਇੰਡੀਆ ਦੇ ਅਧਾਰ ਤੇ ਆਈ ਸੀ ਇੰਡੀਆ ਵਿੱਚ ਨੰਬਰ 1 ਤੇ ਹੈ ਜੀ ਕੇਰਲਾ ਤੇ ਕੇਰਲਾ ਹੈ ਇੰਡੀਆ ਚ ਨੰਬਰ 1 ਤੇ ਐਂਡ ਇੰਡੀਆ ਜੋ ਵਰਲਡ ਵਿੱਚੋਂ ਇੰਡੀਆ ਦਾ ਰੈਂਕ ਹੈ ਜੀ ਇਨ ਵਰਲਡ ਉਹ ਹੈ ਜੀ 117 ਤਾਂ ਲੇਟੈਸਟ ਤੁਸੀਂ ਰੈਂਕਿੰਗ ਜ਼ਰੂਰ ਯਾਦ ਰੱਖ ਲਓ ਸਸਟੇਨੇਬਲ ਡਿਵੈਲਪਮੈਂਟ ਦੀ ਸਸਟੇਨੇਬਲ ਡਵੈਲਪਮੈਂਟ ਜੋ ਗੋਲ ਹਨ ਠੀਕ ਹੈ 17 ਗੋਲਸ ਹਨ ਸਸਟੇਨੇਬਲ ਡਵੈਲਪਮੈਂਟ ਦੇ ਠੀਕ ਹੈ 2015 ਤੋਂ ਲੈ ਕੇ 2030 ਤੱਕ ਆਪਾਂ ਇਹਨਾਂ ਨੂੰ ਫਾਲੋ ਕਰਨਾ ਹੈ ਠੀਕ ਹੈ ਜੀ ਸਸਟੇਨੇਬਲ ਡਵੈਲਪਮੈਂਟ ਦੇ ਜੋ ਗੋਲ ਹਨ ਟਿਕਾਊ ਵਿਕਾਸ ਦੇ ਗੋਲ ਹਨ ਠੀਕ ਹੈ ਜੀ ਤਾਂ ਅਰਥ ਸਮਿਟ ਜੋ ਹੋਇਆ ਸੀ ਜੀ ਰਿਓ ਦਾ 1992 ਦਾ ਇਸ ਨੂੰ ਆਰਗੇਨਾਈਜ਼ ਕੀਤਾ ਗਿਆ ਸੀ ਜੀ ਯੂਨਸੀਈਡੀ ਯਾਨੀ ਯੂਨਾਈਟਿਡ ਨੇਸ਼ਨ ਕਾਨਫਰੰਸ ਔਨ এনਵਾਇਰਨਮੈਂਟ ਐਂਡ ਡਵੈਲਪਮੈਂਟ ਦੁਆਰਾ ਇਸ ਨੂੰ ਆਰਗੇਨਾਈਜ਼ ਕੀਤਾ ਗਿਆ ਸੀ ਠੀਕ ਹੈ ਸੋ এনवायरमेंट ਨਾਲ ਰਿਲੇਟਡ ਦੋ ਮੋਸਟ ਇੰਪੋਰਟੈਂਟ ਜੋ ਹੁੰਦੇ ਹਨ ਆਪਣੇ ਕੋਲ ਪ੍ਰੋਟੋਕੋਲਸ ਠੀਕ ਹੈ ਪ੍ਰੋਟੋਕੋਲਸ ਉਹਨਾਂ ਬਾਰੇ ਆਪਾਂ ਗੱਲ ਕਰਦੇ ਹਾਂ ਇੱਕ ਤਾਂ ਹੈ ਜੀ ਮੌਂਟਰੀਅਲ ਪ੍ਰੋਟੋਕੋਲ ਠੀਕ ਹੈ ਮੌਂਟਰੀਅਲ ਪ੍ਰੋਟੋਕੋਲ ਤਾਂ ਮੌਂਟਰੀਅਲ ਜੋ ਹੈ ਜੀ ਕੈਨੇਡਾ ਦਾ ਸ਼ਹਿਰ ਹੈ ਠੀਕ ਹੈ ਕੈਨੇਡਾ ਦੀ ਜੋ ਰਾਜਧਾਨੀ ਹੈ ਉਹ ਹੈ ਜੀ ਓਟਾਵਾ ਠੀਕ ਹੈ ਵੈਨਕੂਵਰ ਨਾਲ ਕਨਫਿਊਜ਼ ਨਹੀਂ ਕਰਨਾ ਕੈਨੇਡਾ ਦੀ ਰਾਜਧਾਨੀ ਹੈ ਜੀ ਓਟਾਵਾ ਐਂਡ ਮੌਂਟਰੀਅਲ ਪ੍ਰੋਟੋਕੋਲ ਠੀਕ ਹੈ ਕੈਨੇਡਾ ਚ ਹੋਇਆ ਸੀ ਤਾਂ ਇਸ ਦਾ ਜੋ ਮਕਸਦ ਸੀਗਾ टू प्रोटेक्ट ओजोन लेयर ठीक है तो अपनी जो ओजोन लेयर है ठीक है जो डिप्लीट हो रही है जी क्लोरोफ्लोरोकार्बन्स ਦੇ ਯੂਜ਼ ਨਾਲ ਤਾਂ ਉਸ ਨੂੰ ਪ੍ਰੋਟेक्ट ਕਰਨਾ ਸੀ ਠੀਕ ਹੈ ਤਾਂ 16 ਸੈਪਟੰਬਰ 1987 ਨੂੰ ਇਹ ਸਾਈਨ ਹੋਈ ਸੀ ਠੀਕ ਹੈ ਤਾਂ ਇਸ ਕਰਕੇ ਆਪਾਂ 16 ਸੈਪਟੰਬਰ ਨੂੰ ਹਰ ਸਾਲ ਮਨਾਉਂਦੇ ਹਾਂ ਜੀ ਓਜ਼ੋਨ ਪ੍ਰੋਟੈਕਸ਼ਨ ਦਿਵਸ ਠੀਕ ਹੈ ਓਜ਼ੋਨ ਪ੍ਰੋਟੈਕਸ਼ਨ ਡੇ ਮਨਾਉਂਦੇ ਹਾਂ ਜੀ ਆਪਾਂ 16 ਸਤੰਬਰ ਨੂੰ ਠੀਕ ਹੈ ਤਾਂ ਯਾਦ ਕਰਨ ਜੋ ਪੁਆਇੰਟ ਹੈ ਤਾਂ ਮੌਨਟਰੀਅਲ ਪ੍ਰੋਟੋਕੋਲ ਆਪਾਂ ਸਮਝ ਲਿਆ ਜੀ ਠੀਕ ਹੈ ਤਾਂ ਇਸੇ ਦੇ ਨਾਲ ਰਲਦਾ ਇੱਕ ਪ੍ਰੋਟੋਕੋਲ ਹੋਇਆ ਸੀ ਜੀ ਕਿਓਟੋ ਪ੍ਰੋਟੋਕੋਲ ਠੀਕ ਹੈ ਕਿਓਟੋ ਜੋ ਹੈ ਇਹ ਸ਼ਹਿਰ ਹੈ ਜੀ ਜਾਪਾਨ ਦਾ ਠੀਕ ਹੈ ਕਿਓਟੋ ਪ੍ਰੋਟੋਕੋਲ ਤਾਂ ਜੋ ਕਿਓਟੋ ਪ੍ਰੋਟੋਕੋਲ ਹੈ ਇਹ ਜੋ ਹੋਇਆ ਸੀ ਜੀ 1997 ਦੇ ਵਿੱਚ ਸਾਈਨ ਹੋਇਆ ਸੀ ਅਤੇ ਇਸ ਦਾ ਜੋ ਮਕਸਦ ਸੀਗਾ ਇਹ टू रिड्यूस ग्रीन हाउस गैसेस ठीक है रिड्यूस ग्रीन हाउस गैसेस ता जो कि वातावरण ਵਿੱਚ ਇਨਫਰਾ ਰੈਡ ਕਿਰਨਾ ਨੂੰ ਵਧਾਉਂਦੀ ਹੈ ਠੀਕ ਹੈ ਗਰਮੀ ਨੂੰ ਵਧਾਉਂਦੀਆਂ ਨੇ ਗ੍ਰੀਨ ਹਾਊਸ ਗੈਸੇਸ ਠੀਕ ਹੈ ਕਾਰਬਨ ਡਾਈਆਕਸਾਈਡ ਹੋ ਗਿਆ ਉਹਦੇ ਵਿੱਚ ਹੋਰ ਵੀ ਕਾਫੀ ਤਰ੍ਹਾਂ ਦੀ ਗੈਸੇਸ ਹੁੰਦੀਆਂ ਤਾਂ ਇਹ ਜੋ ਗ੍ਰੀਨ ਹਾਊਸ ਗੈਸੇਸ ਹਨ ਠੀਕ ਹੈ ਇਹਨਾਂ ਨੂੰ ਰਿड्यूस ਕਰਨ ਵਾਸਤੇ ਇੱਕ ਕਾਨਫਰੰਸ ਰੱਖੀ ਗਈ ਸੀ ਜੀ ਕਿਓਟੋ ਪ੍ਰੋਟੋਕੋਲ ਤਾਂ ਮੌਂਟਰੀਅਲ ਐਂਡ ਕਿਓਟੋ ਪ੍ਰੋਟੋਕੋਲ ਤੁਹਾਨੂੰ ਸਮਝ ਆ ਚੁੱਕਿਆ ਹੋਵੇਗਾ ਸ਼ਾਇਦ ਐਂਡ ਅਕਤੂਬਰ 1992 ਦਾ ਜੋ ਰਿਕਰ ਰਿਓ ਦਾ ਸਿਖਰ ਸੰਮੇਲਨ ਹੋਇਆ ਸੀ ਉਸ ਦਾ ਜੋ ਅਜੰਡਾ 21 ਸੀ ਉਹ ਸਸਟੇਨੇਬਲ ਡਿਵੈਲਪਮੈਂਟ ਨਾਲ ਸੰਬੰਧਿਤ ਸੀ ਠੀਕ ਹੈ ਇਸ ਵਿੱਚ ਇੰਡੀਆ ਦੀ ਕੇਰਲਾ ਦੀ ਗੱਲ ਕਰ ਲਈ ਠੀਕ ਹੈ ਅਤੇ ਇੰਡੀਆ ਦਾ ਵਰਲਡ ਦੇ ਤਰ ਤੱਕ 117ਵਾਂ ਰੈਂਕ ਹੈ ਥੈਨ ਅੱਜ ਦਾ ਆਪਣਾ ਸੈਕੰਡ ਕੁਐਸਚਨ ਹੈ ਕਿ ਪੰਜਾਬੀ ਪਹਿਲੀ ਪੰਜਾਬੀ ਡਿਕਸ਼ਨਰੀ ਕਦੋਂ ਪ੍ਰਕਾਸ਼ਿਤ ਕੀਤੀ ਗਈ ਠੀਕ ਹੈ ਜੀ ਤਾਂ ਜੋ ਪਹਿਲਾ ਪੰਜਾਬੀ ਦੀ ਪ੍ਰਿੰਟਿੰਗ ਪ੍ਰੈਸ ਸੀਗਾ ਪਹਿਲੀ ਪੰਜਾਬੀ ਜੋ ਪ੍ਰਿੰਟਿੰਗ ਪ੍ਰੈਸ ਸੀ ਠੀਕ ਹੈ ਗੁਰਮੁਖੀ ਫੌਂਟ ਦਾ ਜਿਸ ਨੇ ਯੂਜ਼ ਕੀਤਾ ਸੀ ਉਸ ਦੀ ਸਥਾਪਨਾ ਜੋ ਹੋਈ ਸੀ ਜੀ ਉਹ 크ਰਿਸਚੀਅਨ ਮਿਸ਼ਨ ਦੁਆਰਾ ਕੀਤੀ ਗਈ ਸੀ 1835 ਦੇ ਵਿੱਚ ਤਾਂ ਜੋ ਪਹਿਲੀ ਪ੍ਰਿੰਟਿੰਗ ਪ੍ਰੈਸ ਪੁੱਛਿਆ ਜਾਵੇ ਤਾਂ ਜੋ ਕਿ ਗੁਰਮੁਖੀ ਫੌਂਟ ਪ੍ਰੈਸ ਕਰਦੀ ਸੀ ਤਾਂ 크ਰਿਸਚੀਅਨ ਮਿਸ਼ਨ ਨੇ ਸਥਾਪਨਾ ਕੀਤੀ ਸੀ ਲੁਧਿਆਣਾ ਵਿਖੇ 1835 ਦੇ ਵਿੱਚ ਠੀਕ ਹੈ ਪਹਿਲੀ ਪ੍ਰਿੰਟਿੰਗ ਪ੍ਰੈਸ ਤੁਸੀਂ ਯਾਦ ਰੱਖ ਸਕਦੇ ਹੋ ਠੀਕ ਹੈ ਤਾਂ ਪ੍ਰਿੰਟਿੰਗ ਪ੍ਰੈਸ ਵਿੱਚ ਹੀ ਕੁਝ ਛਪਦਾ ਹੈ ਠੀਕ ਹੈ ਜੀ ਤਾਂ ਪੰਜਾਬੀ ਦੀ ਜੋ ਪਹਿਲੀ ਠੀਕ ਹੈ ਡਿਕਸ਼ਨਰੀ ਸੀ ਸ਼ਬਦ ਕੋਸ਼ ਸੀ ਤਾਂ ਪੰਜਾਬੀ ਦੀ ਜੋ ਪਹਿਲੀ ਡਿਕਸ਼ਨਰੀ ਸੀ ਠੀਕ ਹੈ ਉਹ ਰਿਵਰਡ ਜੇ ਨਿਊਟਨ ਦੁਆਰਾ 1854 ਵਿੱਚ ਪ੍ਰਕਾਸ਼ਿਤ ਕੀਤੀ ਗਈ ਠੀਕ ਹੈ ਰਿਵਰਡ ਜੇ ਨਿਊਟਨ ਦੁਆਰਾ 1854 ਵਿੱਚ ਪ੍ਰਕਾਸ਼ਿਤ ਕੀਤੀ ਗਈ ਠੀਕ ਹੈ ਰਿਵਰ ਰਿਵਰੈਂਡ ਜੇ ਨਿਊਟਨ ਦੁਆਰਾ ਠੀਕ ਹੈ ਇਹਨਾਂ ਦੁਆਰਾ ਜੋ ਪੰਜਾਬੀ ਦੀ ਪਹਿਲੀ ਡਿਕਸ਼ਨਰੀ ਹੈ ਉਹ ਪ੍ਰਕਾਸ਼ਿਤ ਕੀਤੀ ਗਈ 1854 ਦੇ ਵਿੱਚ ਠੀਕ ਹੈ ਅਤੇ ਗੁਰਮੁਖੀ ਫੌਂਟ ਦਾ ਯੂਜ਼ ਕਰਦੇ ਆ ਜੋ ਪੰਜਾਬੀ ਦੀ ਪਹਿਲੀ ਪ੍ਰਿੰਟਿੰਗ ਪ੍ਰੈਸ ਸੀ ਠੀਕ ਹੈ ਉਹ 크੍ਰਿਸਚੀਅਨ ਮਿਸ਼ਨ ਦੁਆਰਾ ਲੁਧਿਆਣਾ ਵਿਖੇ 1835 ਵਿੱਚ ਸਥਾਪਿਤ ਕੀਤੀ ਗਈ ਸੀ ਠੀਕ ਹੈ ਸੋ ਦੈਨ ਤੁਸੀਂ ਕੈਪੀਟਲਸ ਐਂਡ ਸਟੇਟਸ ਵਾਲਾ ਚੈਪਟਰ ਜ਼ਰੂਰ ਲਗਾਇਆ ਹੋਏਗਾ ਠੀਕ ਹੈ ਉਸ ਤੋਂ ਹੀ ਕੁਸ਼ਨ ਹੈ ਆਪਣਾ ਕਾਵਰਤੀ ਇਜ਼ ਦਾ ਕੈਪੀਟਲ ਆਫ ਵਿਚ ਯੂਨੀਅਨ ਟੈਰੀਟਰੀ ਠੀਕ ਹੈ ਤਾਂ ਜਿੱਥੇ ਲਾਵਾ ਡਾਂਸ ਹੁੰਦਾ ਹੈ ਜੀ ਉਹ ਹੈ ਜੀ ਲਕਸ਼ਦੀਪ ਤਾਂ ਲਕਸ਼ਦੀਪ ਦੀ ਕੈਪੀਟਲ ਹੀ ਹੈ ਜੀ ਕਾਵਰਤੀ ਠੀਕ ਹੈ ਜੀ ਲਕਸ਼ਦੀਪ ਦੀ ਕੈਪੀਟਲ ਹੀ ਹੈ ਜੀ ਕਾਵਰਤੀ ਠੀਕ ਹੈ ਤਾਂ ਦੈਨ ਆਪਾਂ ਗੱਲ ਕਰੀਏ ਪੁੱਡੂਚੇਰੀ ਦੀ ਤਾਂ ਪੁੱਡੂਚੇਰੀ ਵਿੱਚ ਚਾਰ ਜ਼ਿਲ੍ਹੇ ਹਨ ਠੀਕ ਹੈ ਅਤੇ ਜੋ ਇਸ ਦੀ ਕੈਪੀਟਲ ਹੈ ਜੀ ਪੌਂਡੀਚੇਰੀ ਇਸ ਦੀ ਕੈਪੀਟਲ ਹੈ ਜੀ ਪੌਂਡੀਚੇਰੀ ਲਕਸ਼ਦੀਪ ਦੀ ਕੈਪੀਟਲ ਹੈ ਜੀ ਕਾਵਰਤੀ ਐਂਡ ਜੋ ਦਾਦਰ ਐਂਡ ਨਗਰ ਹਵੇਲੀ ਇਸ ਨੂੰ ਦਮਨ ਐਂਡ ਦਿਉ ਨਾਲ ਮਰਜ ਕਰਕੇ ਠੀਕ ਹੈ ਇਸ ਦੀ ਕੈਪੀਟਲ ਬਣ ਗਈ ਜੀ ਦਮਨ ਠੀਕ ਹੈ ਐਂਡ ਅੰਡਮਾਨ ਐਂਡ ਨਿਕੋਬਾਰ ਦੀ ਕੈਪੀਟਲ ਹੈ ਜੀ ਪੋਰਟ ਬਲੇਅਰ ਅੰਡਮਾਨ ਅਤੇ ਨਿਕੋਬਾਰ ਨੂੰ ਸੈਪਰੇਟ ਕੌਣ ਕਰਦਾ ਹੈ ਜੀ 10 ਡਿਗਰੀ ਚੈਨਲ ਠੀਕ ਹੈ 10 ਡਿਗਰੀ ਚੈਨਲ ਐਂਡ ਇਹਨੂੰ ਸੈਪਰੇਟ ਕਰਦਾ ਹੈ ਠੀਕ ਹੈ ਜੀ ਸੋ ਦੈਨ ਆਪਣਾ ਫੋਰਥ ਕੁਐਸਚਨ ਹੈ ਕਾਫੀ ਸਿੰਪਲ ਕੁਐਸਚਨ ਹੈ ਤਾਂ ਵਿਚ ਕਪ ਬਿਲੋਂਗਸ ਟੂ ਕ੍ਰਿਕਟ ਕ੍ਰਿਕਟ ਨਾਲ ਇਹਨਾਂ ਵਿੱਚੋਂ ਕਿਹੜਾ ਕੱਪ ਬਿਲੋਂਗ ਕਰਦਾ ਹੈ ਠੀਕ ਹੈ ਤਾਂ ਐਸ਼ਸ ਠੀਕ ਹੈ ਆਪਾਂ ਸੁਣਦੇ ਹਾਂ ਨਾ ਇੰਗਲੈਂਡ ਅਤੇ ਇੰਗਲੈਂਡ ਅਤੇ ਜੋ ਆਸਟ੍ਰੇਲੀਆ ਹੁੰਦਾ ਠੀਕ ਹੈ ਉਹਨਾਂ ਵਿੱਚ ਹਰ ਸਾਲ ਜੋ ਪੰਜ ਟੈਸਟ ਦੀ ਸ਼੍ਰੇਨਖਲਾ ਹੁੰਦੀ ਹੈ ਠੀਕ ਹੈ ਉਹ ਐਸ਼ਸ ਕੱਪ ਹੁੰਦਾ ਠੀਕ ਹੈ ਤਾਂ ਐਸ਼ਸ ਕ੍ਰਿਕਟ ਨਾਲ ਬਿਲੋਂਗ ਕਰਦਾ ਹੈ ਠੀਕ ਹੈ ਜੀ ਤਾਂ ਰੋਜ਼ਰ ਕੱਪ ਟੈਨਿਸ ਨਾਲ ਸੰਬੰਧਿਤ ਹੈ ਅਜ਼ਨਾਲ ਸ਼ਾ ਕੱਪ ਠੀਕ ਹੈ ਹਾਕੀ ਨਾਲ ਸੰਬੰਧਿਤ ਹੈ ਜੱਡਾ ਕਪ ਤੁਸੀਂ ਦੱਸ ਸਕਦੇ ਹੋ ਠੀਕ ਹੈ ਵੈਸੇ ਤਾਂ ਹੁੱਕੀ ਨਾਲ ਸੰਬੰਧਿਤ ਹੈ ਸੋ ਦੈਨ ਇਹ ਵੀ ਲੇਟੈਸਟ ਕੁਐਸਚਨ ਹੈ ਠੀਕ ਹੈ ਤਾਂ ਜੋ ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਹੈ ਠੀਕ ਹੈ ਐਨ ਐਚ ਏ ਆਈ ਤਾਂ ਇਸ ਨੇ ਇੱਕ ਰੀਸੈਂਟਲੀ ਇੱਕ ਰਿਕਾਰਡ ਬਣਾਇਆ ਹੈ ਠੀਕ ਹੈ ਕੀ ਰਿਕਾਰਡ ਬਣਾਇਆ ਹੈ ਤਾਂ ਜੋ 25.54 ਕਿਲੋਮੀਟਰ ਵਿੱਚ ਇਹਨਾਂ ਨੇ 25.54 ਕਿਲੋਮੀਟਰ ਦੀ ਲੰਬੀ ਸੜਕ ਬਣਾਈ ਹੈ ਠੀਕ ਹੈ ਜੀ ਇਹਨਾਂ ਨੇ ਅਤੇ ਲਗਾਤਾਰ ਜੋ ਇਸ ਸੜਕ ਨੂੰ ਇਹਨਾਂ ਨੇ ਨਿਰਮਾਣ ਕੀਤਾ ਜੀ ਇਸ ਸੜਕ ਦਾ ਇਸ ਸੜਕ ਦਾ ਇਹਨਾਂ ਨੇ ਨਿਰਮਾਣ ਕੀਤਾ ਹੈ ਜੀ 18 ਘੰਟਿਆਂ ਦੇ ਵਿੱਚ ਲਗਾਤਾਰ ਠੀਕ ਹੈ 18 ਘੰਟਿਆਂ ਦੇ ਵਿੱਚ 25.54 ਕਿਲੋਮੀਟਰ ਦੀ ਸੜਕ ਬਣਾਉਣਾ ਇਹ ਆਪਦੇ ਆਪ ਵਿੱਚ ਇੱਕ ਵਰਲਡ ਰਿਕਾਰਡ ਹੈ ਠੀਕ ਹੈ ਤਾਂ ਇਹ ਜੋ ਵਰਲਡ ਰਿਕਾਰਡ ਬਣਾਇਆ ਹੈ ਜੀ NHAI ਯਾਨੀ ਦਾ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਤਾਂ ਮਿਨਿਸਟਰੀ ਆਫ ਟਰਾਂਸਪੋਰਟ ਦੇ ਅੰਦਰ ਆਉਂਦਾ ਹੈ ਜੀ ਠੀਕ ਹੈ ਮਿਨਿਸਟਰੀ ਆਫ ਰੋਡ ਐਂਡ ਟਰਾਂਸਪੋਰਟ ਦੇ ਅੰਦਰ ਰੋਡ ਟਰਾਂਸਪੋਰਟ ਐਂਡ ਹਾਈਵੇ ਤੇ ਅੰਦਰ ਆਉਂਦਾ ਹੈ ਜੀ ਇਹ ਜੋ NHAI ਹੈ ਠੀਕ ਹੈ ਤਾਂ NH ਦਾ ਇਸ ਜੋ ਮਿਨਿਸਟਰੀ ਹੈ ਠੀਕ ਹੈ ਮਿਨਿਸਟਰੀ ਆਫ ਰੋਡ ট্রান্সਪੋਰਟ ਐਂਡ ਹਾਈਵੇ ਤੇ ਨਿਤਿਨ ਗੜਕਰੀ ਇਸ ਦੇ ਮਿਨਿਸਟਰ ਹਨ ਠੀਕ ਹੈ ਭਾਰਤ ਕੋ ਸੜਕ ਪਰ ਲਾਣੇ ਵਾਲੇ ਮੰਤਰੀ ਠੀਕ ਹੈ ਸੜਕ ਮੰਤਰੀ ਨਿਤਿਨ ਗੜਕਰੀ ਠੀਕ ਹੈ ਸੋ ਦੈਨ ਇਸ ਦਾ ਜੋ NHAI ਦਾ ਮੋਟੋ ਹੈ ਜੀ ਦਾ ਨੋਟ ਜਸਟ ਰੋਡਸ ਬਿਲਡਿੰਗ ਅ ਨੇਸ਼ਨ ਠੀਕ ਹੈ ਇਸ ਦਾ ਮੋਟੋ ਹੈ ਜੀ ਨੋਟ ਜਸਟ ਰੋਡਸ ਵੀ ਆਰ ਬਿਲਡਿੰਗ ਅ ਨੇਸ਼ਨ ਠੀਕ ਹੈ ਇਸ ਦੀ ਜੋ ਸਥਾਪਨਾ ਹੋਈ ਸੀ 1995 ਦੇ ਵਿੱਚ ਹੋਈ ਸੀ ਠੀਕ ਹੈ ਤਦ ਉਸ ਸਿੰਪਲੀ ਇਹਨਾਂ ਦਾ ਜੋ ਵਰਲਡ ਰਿਕਾਰਡ ਹੈ ਉਹ ਯਾਦ ਰੱਖ ਲੈ ਕਿ 25.54 ਕਿਲੋਮੀਟਰ ਲੰਬੀ ਸੜਕ ਜੋ ਇਹਨਾਂ ਨੇ ਬਣਾਈ ਸੀ ਜੀ 18 ਘੰਟਿਆਂ ਦੇ ਵਿੱਚ ਠੀਕ ਹੈ ਜੀ ਸੋ ਦੈਨ ਆਪਣਾ 6th ਕੁਐਸਚਨ ਹੈ ਜੀ ਤਾਂ 2018 ਵਿੱਚ ਜੋ ਏਸ਼ੀਅਨ ਗੇਮਸ ਹੋਈਆਂ ਸੀ ਠੀਕ ਹੈ ਉਸ ਵਿੱਚ ਜੋ ਭਾਰਤ ਨੇ ਕਿੰਨੇ ਮੈਡਲਸ ਜਿੱਤੇ ਤਾਂ ਭਾਰਤ ਨੇ ਉਸ ਵਿੱਚ ਲਗਭਗ 69 ਮੈਡਲ ਜਿੱਤੇ ਠੀਕ ਹੈ 15 골ਡ ਮੈਡਲ ਜਿੱਤੇ ਤੁਹਾਡੇ ਲਈ ਡਿਸਕ੍ਰਿਪਸ਼ਨ ਚ ਲਿਖੀ ਹੈ ਠੀਕ ਹੈ 24 ਸਿਲਵਰ ਮੈਡਲ ਜਿੱਤੇ ਐਂਡ 30 ਬ੍ਰੌਂਜ਼ ਮੈਡਲ ਜਿੱਤੇ ਅਤੇ ਭਾਰਤ ਦੀ ਪੋਜੀਸ਼ਨ ICJ 8 ਠੀਕ ਹੈ ਤਾਂ ਇਹ ਜੋ ਸੀ 2018 ਵਾਲੀ ਏ ਸੰ ਜੀ 18ਵੀਂ ਠੀਕ ਹੈ 18ਵੀਂ ਏਸ਼ੀਅਨ ਗੇਮਸ ਹਨ ਠੀਕ ਹੈ ਪਹਿਲੀ ਏਸ਼ੀਅਨ ਗੇਮਸ ਹੋਈ ਸੀ ਜੀ ਠੀਕ ਹੈ ਦਿੱਲੀ ਦੇ ਵਿੱਚ ਠੀਕ ਹੈ ਉਹ ਤੁਸੀਂ ਯਾਦ ਰੱਖਣਾ ਅਤੇ 18ਵੀਂ ਸੀ 2018 ਵਿੱਚ ਐਂਡ ਜੋ 19th ਏਸ਼ੀਅਨ ਗੇਮਸ ਹੈ ਇਹ ਕਾਫੀ ਇੰਪੋਰਟੈਂਟ ਹੈ ਠੀਕ ਹੈ 19th ਜੋ ਏਸ਼ੀਅਨ ਗੇਮਸ ਹੋਣ ਜਾ ਰਹੀਆਂ ਹਨ ਇਹ ਸਤੰਬਰ 2022 ਵਿੱਚ ਹੋਣੀਆਂ ਕਿੱਥੇ ਹੈਂਗਜ਼ਾਓ ਚਾਈਨਾ ਦੇ ਵਿੱਚ ਠੀਕ ਹੈ ਹੈਂਗਜ਼ਾਓ ਚਾਈਨਾ ਦੇ ਵਿੱਚ ਹੋਣਗੀਆਂ ਜੀ ਜੋ 19th ਏਸ਼ੀਅਨ ਗੇਮਸ ਹਨ ਠੀਕ ਹੈ ਸਤੰਬਰ 2022 ਦੇ ਵਿੱਚ ਹੈਂਗਜ਼ਾਓ ਚਾਈਨਾ ਦੇ ਵਿੱਚ ਹੋਣਗੀਆਂ ਠੀਕ ਹੈ ਜੀ ਸੋ ਦੈਨ ਸੈਵੰਥ ਕੁਐਸਚਨ ਦੀ ਗੱਲ ਕਰ ਲਈਏ ਤੋ ਚਾਰ ਮੀਨਾਰ ਠੀਕ ਹੈ ਫੇਮਸ ਪਲੇਸ ਇਸ ਨਾਲ ਰਿਲੇਟਡ ਕਾਫੀ ਸਿੰਪਲ ਜਿਹਾ ਕੁਐਸਚਨ ਹੈ ਠੀਕ ਹੈ ਤੋ ਚਾਰ ਮੀਨਾਰ ਜੋ ਕਿ ਹੈ ਜੀ ਹੈਦਰਾਬਾਦ ਦੇ ਵਿੱਚ ਠੀਕ ਹੈ ਹੈਦਰਾਬਾਦ ਦੇ ਵਿੱਚ ਹੈ ਜੀ ਠੀਕ ਹੈ ਅਤੇ ਇਸ ਨੂੰ ਬਣਾਇਆ ਜੀ ਮੁਹੰਮਦ ਕੁਲੀ ਕੁਤਬ ਸ਼ਾ ਨੇ 1591 ਇਸਵੀ ਦੇ ਵਿੱਚ ਠੀਕ ਹੈ ਮੁਹੰਮਦ ਕੁਲੀ ਕੁਤਬ ਸ਼ਾ ਠੀਕ ਹੈ ਸੋ A ਇਸ ਦਾ ਰਾਈਟ ਆਨਸਰ ਮੁਹੰਮਦ ਕੁਲੀ ਕੁਤਬ ਸ਼ਾ ਨੇ 1591 ਇਸਵੀ ਵਿੱਚ ਬਣਾਇਆ ਠੀਕ ਹੈ ਤੋ ਹੈਦਰਾਬਾਦ ਨੂੰ ਠੀਕ ਹੈ ਆਪਰੇਸ਼ਨ ਪੋਲੋ ਰਾਹੀਂ ਠੀਕ ਹੈ ਆਪਰੇਸ਼ਨ ਪੋਲੋ ਰਾਹੀਂ 18 ਸਤੰਬਰ 1948 ਨੂੰ ਭਾਰਤ ਵਿੱਚ ਸ਼ਾਮਿਲ ਕੀਤਾ ਗਿਆ ਠੀਕ ਹੈ ਤਾਂ ਪਹਿਲੇ ਇੱਥੇ ਨਿਜ਼ਾਮ ਰਹਿੰਦੇ ਸਨ ਠੀਕ ਹੈ ਤਾਂ ਇਸ ਕਰਕੇ ਇਹਨਾਂ ਨੂੰ ਹైదరాబాద్ ਨੂੰ ਨਿਜ਼ਾਮਾਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ ਠੀਕ ਹੈ ਤਾਂ ਨਿਜ਼ਾਮ ਜੋ ਪਾਕਿਸਤਾਨ ਦੀ ਫੇਵਰ ਕਰਦੇ ਸਨ ਠੀਕ ਹੈ ਤਾਂ ਉਹ ਪਾਕਿਸਤਾਨ ਚਲੇ ਗਏ ਠੀਕ ਹੈ ਅਤੇ ਹైదరాబాద్ ਨੂੰ ਉਹਨਾਂ ਨੂੰ ਇੱਥੋਂ ਕੱਢਣਾ ਪਿਆ ਤਾਂ ਆਪਰੇਸ਼ਨ ਪੋਲੋ ਦੇ ਤਹਿਤ ਠੀਕ ਹੈ ਹైదరాబాద్ ਨੂੰ ਆਪਾਂ ਸ਼ਾਮਿਲ ਕੀਤਾ ਸੀ ਜੀ ਠੀਕ ਹੈ 18 ਸਤੰਬਰ 1900 48 ਦੇ ਦੌਰਾਨ ਠੀਕ ਹੈ ਭਾਰਤ ਵਿੱਚ ਤੇ ਤੇਲੰਗਾਨਾ ਦੀ ਰਾਜਧਾਨੀ ਹੈ ਜੀ ਹైదరాబాద్ ਤੇ ਤੇਲੰਗਾਨਾ ਦਾ ਫਾਰਮੇਸ਼ਨ ਡੇ ਤੁਸੀਂ ਦੱਸ ਸਕਦੇ ਹੋ ਆਪਾਂ ਰੀਸੈਂਟਲੀ ਕਰੰਟ ਅਫੇਅਰਸ ਵਿੱਚ ਠੀਕ ਹੈ ਕੀਤਾ ਤੇਲੰਗਾਨਾ ਫਾਰਮੇਸ਼ਨ ਡੇ ਠੀਕ ਹੈ ਤੇਲੰਗਾਨਾ ਕਦੋਂ ਬਣਿਆ ਠੀਕ ਹੈ ਭਾਰਤ ਦਾ ਰਾਜ ਠੀਕ ਹੈ ਤਾਂ 2014 ਵਿੱਚ ਬਣਿਆ ਠੀਕ ਹੈ ਤੁਸੀਂ ਮੈਨੂੰ ਡੇ ਦੱਸ ਸਕਦੇ ਹੋ ਠੀਕ ਹੈ ਉਹ ਜੂਨ ਵਿੱਚ ਹੀ ਹੈ ਡੇ ਸਿਮਪਲੀ ਤੁਸੀਂ ਦੱਸ ਸਕਦੇ ਹੋ ਠੀਕ ਹੈ ਜੂਨ 2014 ਨੂੰ ਤੇਲੰਗਾਨਾ ਬਣਿਆ ਠੀਕ ਹੈ ਤਾਂ ਸਿੰਪਲੀ ਦੱਸ ਸਕਦੇ ਹੋ ਸੋ ਦੈਨ 8th ਕੁਐਸਚਨ ਹੈ ਦਾ ਵਿਚ ਅਮੰਗ ਦਾ ਫਾਲੋਇੰਗ ਵਾਸ ਫਸਟ ਹਿਊਮਨ ਮੇਡ ਪਲਾਸਟਿਕ ਦਾ ਮਨੁੱਖ ਦੁਆਰਾ ਜੋ ਬਣਾਇਆ ਗਿਆ ਪਹਿਲਾ ਪਲਾਸਟਿਕ ਕਿਹੜਾ ਸੀਗਾ ਠੀਕ ਹੈ ਜੀ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਜੀ ਸੀ ਸੈਲੂਲੋਇਡ ਠੀਕ ਹੈ ਸੈਲੂਲੋਇਡ ਜੋ ਸੀ ਮਨੁੱਖ ਦੁਆਰਾ ਮੇਡਡ ਠੀਕ ਹੈ ਪਹਿਲਾ ਪਲਾਸਟਿਕ ਸੀਗਾ ਸੈਲੂਲੋਇਡ ਐਂਡ ਜੋ ਇਸ ਨੂੰ ਬਣਾਇਆ ਗਿਆ ਸੀ ਇਹ ਬਣਾਇਆ ਗਿਆ ਸੀ ਅਲੈਗਜ਼ੈਂਡਰ ਪਾਰਕਸ ਦੁਆਰਾ 1855 ਦੇ ਵਿੱਚ ਠੀਕ ਹੈ ਤਾਂ ਸਿੰਪਲੀ ਤੁਸੀਂ ਯਾਦ ਰੱਖ ਲੈਣਾ ਹੈ ਕਿ ਮਨੁੱਖ ਦੁਆਰਾ ਬਣਾਇਆ ਗਿਆ ਪਹਿਲਾ ਜੋ ਪਲਾਸਟਿਕ ਸੀਗਾ ਉਹ ਸੀ ਜੀ ਸੈਲੂਲੋਇਡ ਅਤੇ ਇਸ ਨੂੰ ਬਣਾਇਆ ਗਿਆ ਜੀ ਅਲੈਗਜ਼ੈਂਡਰ ਪਾਰਕਸ ਦੁਆਰਾ 1855 ਦੇ ਵਿੱਚ ਠੀਕ ਹੈ ਜੀ ਸੋ WhatsApp ਗਰੁੱਪਸ ਦਾ ਹਿੱਸਾ ਬਣਨ ਲਈ ਸਿੰਪਲੀ ਤੁਸੀਂ ਆਪਣਾ ਨੇਮ ਲਿਖਣਾ ਹੈ ਠੀਕ ਹੈ ਐਂਡ THEN ਆਪਣਾ पेपर एंड दैन अपनी सिटी लिख के ठीक है मेल फीमेन मैनशन करके आपने इस नंबर पर भेज सकते हो ठीक है जी अपने जो कोर्सिज चल रहे हैं हैं जी जेल वार्डन एंड मार्टन पंजाब पटवारी क्रैश कोर्स पंजाब पुलिस ठीक है एंड कोपरेटिव बैंक ये सारे नवे कोर्सिज लॉन्च हुए हैं ठीक है इस तु इलावा एट टी पेपर का कोर्स चल रहा है एंड जो एनटी तरासी सौ तिरानवे का सठ नंबर का कोर्स भी लै सकते हो ठीक है सो दैन नाइन्थ क्वेश्चन है ठीक है तो इस काफ़ी जानकारी प्राप्त करा ਸੋ ਐਥਲੀਟਸ ਫੁੱਟ ਓ ਟਿਨੀਆ ਪੈਡਿਸ ਠੀਕ ਹੈ ਤਾਂ ਹਾਥੀ ਪਾਵੇਂ ਵੀ ਇਹਨੂੰ ਕਹਿ ਦਿੰਦੇ ਹਾਂ ਠੀਕ ਹੈ ਐਥਲੀਟ ਫੁੱਟ ਅਤੇ ਟਿਨੀਆ ਪੈਡਿਸ ਠੀਕ ਹੈ ਜੋ ਪੈਰ ਹੈ ਜੀ ਮੋਟਾ ਹੋ ਜਾਂਦਾ ਜੀ ਤਾਂ ਇਸ ਦਾ ਜੋ ਕਾਰਨ ਕੀ ਹੈ ਠੀਕ ਹੈ ਇਹ ਰੋਗ ਇਹਨਾਂ ਚਾਰਾਂ ਵਿੱਚੋਂ ਕਿਸ ਨਾਲ ਹੁੰਦਾ ਹੈ ਠੀਕ ਹੈ ਜੀਵਾਨੂ ਨਾਲ ਵਿਸ਼ਾਣੂ ਨਾਲ ਫੰਗਸ ਨਾਲ ਜਾਂ ਪ੍ਰੋਟੋਜ਼ੋਆ ਦੇ ਨਾਲ ਤਾਂ ਤੁਸੀਂ ਦੱਸ ਸਕਦੇ ਹੋ ਤਾਂ ਇਸ ਦਾ ਜੋ ਨਾਇਨਥ ਦਾ ਜੋ ਆਪਣਾ ਰਾਈਟ ਆਨਸਰ ਹੈ ਉਹ ਹੈ ਜੀ ਫੰਗਸ ਠੀਕ ਹੈ ਫੰਗੀ ਨਾਲ ਹੁੰਦਾ ਹੈ ਜੀ ਐਥਲੀਟ ਫੁੱਟ ਠੀਕ ਹੈ ਦਾ ਫੰਗਸ ਨਾਲ ਹੋਣ ਵਾਲੇ ਜੋ ਰੋਗ ਹਨ ਠੀਕ ਹੈ ਉਹਨਾਂ ਦੀ ਆਪਾਂ ਟ੍ਰਿਕ ਲਿਖ ਲੈਣੇ ਹਾਂ ਠੀਕ ਹੈ ਤਾਂ ਕਿ ਆਪਾਂ ਨੂੰ ਵਾਰੀ-ਵਾਰੀ ਯਾਦ ਨਾ ਰੱਖਣਾ ਪਵੇ ਠੀਕ ਹੈ ਫੰਗਸ ਨਾਲ ਜੋ ਰਿਲੇਟਡ ਰੋਗ ਹਨ ਗੰਜਾ ਦਮਾਦ ਖਾਈ ਫਰੂਟ ਠੀਕ ਹੈ ਗੰਜਾ ਦਮਾਦ ਖਾਈ ਫਰੂਟ ਐਂਡ ਗੰਜੇ ਤੋਂ ਬਣ ਗਿਆ ਜੀ ਗੰਜਾਪਨ ਗੰਜਾਪਨ ਐਂਡ THEN ਦੋਤ ਬਣ ਗਿਆ ਜੀ ਦਮਾ ਇਸ ਵਿੱਚ ਦੋਤ ਬਣ ਗਿਆ ਜੀ ਦਾਦ ਖਤ ਬਣ ਗਿਆ ਜੀ ਖਾਜ ਜਾਂ ਖੁਜਲੀ ਠੀਕ ਹੈ ਖਾਜ ਜਾਂ ਖੁਜਲੀ ਠੀਕ ਹੈ ਫਰੂਟ ਤੋਂ ਬਣ ਗਿਆ ਜੀ ਐਥਲੀਟ ਫੁੱਟ ਠੀਕ ਹੈ ਐਥਲੀਟ ਫੁੱਟ ਠੀਕ ਹੈ ਜੀ ਤਾਂ ਇਹ ਟ੍ਰਿਕ ਤੁਸੀਂ ਨੋਟ ਕਰ ਲੈਣੀ ਹੈ ਜੀ ਫੰਗਸ ਦੀ ਠੀਕ ਹੈ ਦੈਨ ਆਪਣਾ 10th ਕੁਐਸਚਨ ਹੈ ਕਾਫੀ ਵਧੀਆ ਕੁਐਸਚਨ ਹੈ ਤਾਂ ਸਿੰਪਲ ਜਿਹਾ ਇੱਕ ਨਮਰੀਕਲ ਹੈ ਜੀ ਆਪਣੇ ਸਾਹਮਣੇ ਤਾਂ ਇੱਕ ਵਸਤੂ ਜਿਸ ਦਾ ਜੋ ਹੈ ਜੀ weight ਦਿੱਤਾ ਠੀਕ ਹੈ weight ਦਿੱਤਾ ਹੋਇਆ ਠੀਕ ਹੈ ਪਾਰ ਦਿੱਤਾ ਹੈ weight weight ਦਿੱਤਾ ਹੈ ਆਪਾਂ ਨੂੰ ਠੀਕ ਹੈ weight ਦਿੱਤਾ ਹੋਇਆ ਜੀ 49 ਨਿਊਟਨ ਠੀਕ ਹੈ weight ਇਸ ਇਕੁਅਲ ਟੂ 49 ਨਿਊਟਨ ਠੀਕ ਹੈ weight ਨੂੰ ਆਪਾਂ ਨਿਊਟਨ ਚ ਮਾਪਦੇ ਹਾਂ ਜਦ ਕਿ ਜੋ ਆਪਣਾ ਮਾਸ ਹੁੰਦਾ ਠੀਕ ਹੈ ਉਸ ਨੂੰ ਆਪਾਂ ਕਿਲੋਗ੍ਰਾਮ ਵਿੱਚ ਮਾਪਦੇ ਹਾਂ ਠੀਕ ਹੈ weight ਦੀ ਜੇ ਅਗਰ ਆਪਾਂ ਫਾਰਮੂਲਾ ਦੀ ਗੱਲ ਕਰੀਏ ਤਾਂ weight ਇਸ ਇਕੁਅਲ ਟੂ ਮਾਸ ਇੰਟੂ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਠੀਕ ਹੈ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਠੀਕ ਹੈ ਤਾਂ ਜੋ ਧਰਤੀ ਕਰਕੇ ਜੋ ਆਪਣਾ ਐਕਸਲਰੇਸ਼ਨ ਹੁੰਦਾ ਜੀ ਉਸ ਨੂੰ ਕਹਿੰਦੇ ਹਨ ਜੀ ਜੀ ਠੀਕ ਹੈ ਛੋਟਾ ਜੀ ਕਰਕੇ ਲਿਖਦੇ ਹਾਂ ਜੀ ਐਕਸਲਰੇਸ਼ਨ ਡੂ ਟੂ ਗ੍ਰੈਵਿਟੀ ਅਤੇ ਧਰਤੀ ਤੇ ਐਕਸਲਰੇਸ਼ਨ ਡੂ ਟੂ ਗ੍ਰੈਵਿਟੀ ਦੀ ਜੋ ਵੈਲਿਊ ਹੁੰਦੀ ਹੈ ਉਹ ਹੁੰਦੀ ਹੈ ਜ 9.8 ਮੀਟਰ ਪ੍ਰਤੀ ਸੈਕਿੰਡ ਸਕਰ ਠੀਕ ਹੈ ਤਾਂ ਇਹ ਕਾਫੀ ਇੰਪੋਰਟੈਂਟ ਹੈ ਧਰਤੀ ਤੇ ਇਸ ਦੀ ਵੈਲਿਊ ਜੁ ਹੁੰਦੀ ਹੈ 9.8 ਮੀਟਰ ਪ੍ਰਤੀ ਸੈਕਿੰਡ ਸਕੁਅਰ ਠੀਕ ਹੈ ਧਰਤੀ ਤੇ ਵੈਲਿਊ ਇਸ ਦੀ ਨੋਟ ਕਰ ਲੈਣੀ ਆਪਾਂ ਅਤੇ ਕਈ ਵਾਰੀ ਆਪਾਂ ਇਸ ਨੂੰ 10 ਵੀ ਲਿਖ ਦਿੰਨੇ ਆ ਠੀਕ ਹੈ ਤਾਂ ਇਸ ਵਿੱਚ ਆਪਾਂ ਇਸ ਨੂੰ ਪੁੱਟ ਕਰਦੇ ਹਾਂ ਠੀਕ ਹੈ ਅਤੇ ਜੋ ਵੇਟ ਹੈ ਇਸ ਨੂੰ ਵੀ ਪੁੱਟ ਕਰਦੇ ਹਾਂ ਠੀਕ ਹੈ ਤਾਂ 49 ਮਾਸ ਇੰਟੂ 9.8 ਠੀਕ ਹੈ ਤਾਂ ਮਾਸ ਇੱਧਰ ਆ ਗਿਆ ਜੀ ਠੀਕ ਹੈ ਐਂਡ ਜੋ A ਹੈ ਠੀਕ ਹੈ ਇੱਧਰ ਮਲਟੀਪਲਾਈ ਵਿੱਚ ਹੈ ਐਂਡ ਇੱਧਰ A ਡਿਵਾਈਡ ਵਿੱਚ ਹੋ ਜਾਏਗਾ ਠੀਕ ਹੈ 9.8 ठीक है तो पॉइंट हटावे उपर लगेगा जी टेन ठीक है उपर लगेगा टेन तो फोर्टी नाइन टू ज नाइनटी एट ठीक है टू न इसने इसवाइड करता ठीक है टू नू ने अगर टेन न डिवाइड किया तो फाइव राइट आंसर ठीक है तो मास आ गया जी अपना फाइव तो फाइव के जी इस रइट आंसर ठीक है फाइव के जी आप कर लिया जी इसट आंसर वस्तु जिसका weight ਹੈ ਜੀ 49 ਨਿਊਟਨ ਠੀਕ ਹੈ ਅਰਥ ਦੇ ਸਰਫੇਸ ਤੇ ਉਸ ਦਾ ਜੋਗਰ ਆਪਾਂ ਮਾਸ ਕਵਾਂਗੇ ਤਾਂ ਮਾਸ ਹੈ ਜੀ ਉਸ ਦਾ 5 ਕਿਜੀ ਠੀਕ ਹੈ ਤਾਂ ਹੋਪਸੋ ਤੁਹਾਨੂੰ ਸਮਝ ਆ ਚੁੱਕਿਆ ਹੋਵੇਗਾ ਸੋ ਦੈਨ ਆਪਣਾ 11ਵਾਂ ਕੁਸ਼ਚਨ ਹੈ ਤਾਂ ਜਕਰੀਆ ਖਾਨ ਨੇ ਕਿਹੜੇ ਸਿੱਖ ਸਰਦਾਰ ਨੂੰ ਨਵਾਬ ਦੀ ਉਪਾਧੀ ਦਿੱਤੀ ਠੀਕ ਹੈ ਤਾਂ ਇੱਕੋ ਹੀ ਇੱਥੇ ਨਵਾਬ ਲਿਖਿਆ ਹੋਇਆ ਹਨ ਤਾਂ ਉਹ ਹਨ ਜੀ ਨਵਾਬ ਕਪੂਰ ਸਿੰਘ ਠੀਕ ਹੈ ਨਵਾਬ ਕਪੂਰ ਸਿੰਘ ਨੂੰ ਜਕਰੀਆ ਖਾਨ ਨੇ ਨਵਾਬ ਦੀ ਉਪਾਧੀ ਦਿੱਤੀ ਠੀਕ ਹੈ ਜੀ ਅਤੇ ਜੋ ਨਵਾਬ ਕਪੂਰ ਸਿੰਘ ਹਨ ਠੀਕ ਹੈ ਇਹਨਾਂ ਨੇ 1734 ਵਿੱਚ ਬੁੱਢਾ ਦਲ ਤੇ ਤਰੁਣਾ ਦਲ ਦੀ ਠੀਕ ਹੈ ਸਥਾਪਨਾ ਕੀਤੀ ਠੀਕ ਹੈ 1734 ਵਿੱਚ ਬੁੱਢਾ ਦਲ ਤੇ ਤਰੁਣਾ ਦਲ ਦੀ ਸਥਾਪਨਾ ਕੀਤੀ ਸੀ ਜੀ ਨਵਾਬ ਕਪੂਰ ਸਿੰਘ ਜੀ ਨੇ ਸੋ so ਦੈਨ 12th ਕੁਐਸਚਨ ਹੈ ਤਈ ਵੀ ਕਾਫੀ ਇੰਪੋਰਟੈਂਟ ਕੁਐਸਚਨ ਹੈ ਠੀਕ ਹੈ ਇਸ ਵਿੱਚ ਵੀ ਆਪਾਂ ਕਾਫੀ ਇਨਫੋਰਮੇਸ਼ਨ ਪ੍ਰਾਪਤ ਕਰਾਂਗੇ ਤਾਂ ਜੋ ਕਿਸ ਦਾ ਜੋ ਬਰਥਡੇ ਹੈ ਠੀਕ ਹੈ ਕਿਸ ਦਾ ਜੋ ਬਰਥ ਐਨੀਵਰਸਰੀ ਹੈ ਉਸ ਨੂੰ ਐਜ਼ ਸਦਭਾਵਨਾ ਦਿਵਸ ਠੀਕ ਹੈ ਸਦਭਾਵਨਾ ਦਿਵਸ ਕਹੋ ਜੀ ਜਾਂ ਕਹੋ ਜੀ ਕਮਿਊਨਲ ਹਾਰਮਨੀ ਡੇ ਠੀਕ ਹੈ ਕਮਿਊਨਲ ਹਾਰਮਨੀ ਡੇ ਤਾਂ ਇਸ ਨੂੰ ਐਜ਼ ਅ ਡੇ ਮਨਾਇਆ ਜਾਂਦਾ ਹੈ ਜੀ ਸਦਭਾਵਨਾ ਦਿਵਸ ਅਤੇ ਜੋ ਰਾਜੀਵ ਗਾਂਧੀ ਜੀ ਹਨ ਠੀਕ ਹੈ ਰਾਜੀਵ ਗਾਂਧੀ ਜੀ ਦਾ ਜਨਮ ਦਿਨ ਇਸ ਨੂੰ ਸਦਭਾਵਨਾ દિવસ ਦੇ ਤੌਰ ਤੇ ਮਨਾਇਆ ਜਾਂਦਾ ਜੀ 20 ਅਗਸਤ ਠੀਕ ਹੈ 20 ਅਗਸਤ ਨੂੰ ਤੁਸੀਂ ਯਾਦ ਰੱਖ ਲਓ ਕਿ ਇਹਨਾਂ ਦਾ ਜੋ ਜਨਮ ਦਿਨ ਹੈ ਅਤੇ ਇਸ ਨੂੰ ਸਦਭਾਵਨਾ ਦੇ ਤੌਰ ਤੇ ਸਦਭਾਵਨਾ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਤੇ ਇਹਨਾਂ ਦੀ ਜੋ ਡੈਥ ਹੋਈ ਸੀ ਇਹਨਾਂ ਨੂੰ ਮਾਰੇ ਗਿਆ ਸੀ ਜੀ ਜੋ ਟੈਰਰਿਸਟ ਠੀਕ ਹੈ ਲਿੱਟੇ ਦੇ ਠੀਕ ਹੈ ਲਿੱਟੇ ਦੇ ਜੋ ਟੈਰਰਿਸਟ ਹਨ ਠੀਕ ਹੈ ਉਹਨਾਂ ਦੁਆਰਾ ਇਹਨਾਂ ਨੂੰ ਤਾਮਿਲਨਾਡੂ ਦੇ ਵਿੱਚ ਮਾਰਿਆ ਗਿਆ ਸੀ ਇਹਨਾਂ ਦੀ ਜੋ ਡੈਥ ਹੋਈ ਸੀ 21 ਮਈ ਨੂੰ ਠੀਕ ਹੈ ਤਾਂ ਪਿਛਲੇ ਬਿੰਨੇ ਵਿੱਚ ਹੀ ਆਪਾਂ ਇਸ ਦਾ ਕਰੰਟ ਅਫੇਅਰ ਵੀ ਕੀਤਾ ਸੀ ਕਿ ਐਂਟੀ ਟੈਰਰਿਜ਼ਮ ਡੇ ਕਦੋਂ ਮਨਾਇਆ ਜਾਂਦਾ ਹੈ ਠੀਕ ਹੈ ਤਾਂ ਇਹਨਾਂ ਦਾ ਜੋ ਡੈਥ ਹੋਈ ਸੀ ਜੀ 21 ਮਈ ਨੂੰ ਉਸ ਦਿਨ ਮਨਾਇਆ ਜਾਂਦਾ ਹੈ ਜੀ ਐਂਟੀ ਟੈਰਰਿਜ਼ਮ ਡੇ ਠੀਕ ਹੈ ਜੀ ਐਂਟੀ ਟੈਰਰਿਜ਼ਮ ਡੇ ਠੀਕ ਹੈ ਜੀ ਤੋਂ ਇਲਾਵਾ ਕੁਝ ਇੰਪੋਰਟੈਂਟ ਦੋ ਚਾਰ ਆਪਾਂ ਇੰਪੋਰਟੈਂਟ ਡੇਜ਼ ਲਿਖ ਲੈਣੇ ਹਾਂ ਠੀਕ ਹੈ ਜੀ ਜਿਵੇਂ ਨੈਸ਼ਨਲ ਐਜੂਕੇਸ਼ਨ ਡੇ ਠੀਕ ਹੈ ਨੈਸ਼ਨਲ ਐਜੂਕੇਸ਼ਨ ਡੇ ਠੀਕ ਹੈ ਨੈਸ਼ਨਲ ਐਜੂਕੇਸ਼ਨ ਡੇ ਕਦੋਂ ਹੁੰਦਾ ਹੈ ਜੀ 11 ਨਵੰਬਰ ਨੂੰ ਠੀਕ ਹੈ 11 ਨਵੰਬਰ ਨੂੰ ਹੁੰਦਾ ਹੈ ਜੀ ਨੈਸ਼ਨਲ ਐਜੂਕੇਸ਼ਨ ਡੇ ਜਦ ਕਿ ਵਿਸ਼ਾ ਉਹਦਾ ਪੁੱਛਿਆ ਜਾਵੇ ਤਾਂ ਵਰਲਡ ਐਜੂਕੇਸ਼ਨ ਡੇ ਕਦੋਂ ਹੁੰਦਾ ਹੈ ਤਾਂ ਵਰਲਡ ਜੋ ਐਜੂਕੇਸ਼ਨ ਡੇ ਹੈ ਜੀ ਉਹ 24 ਜਨਵਰੀ ਨੂੰ ਹੁੰਦਾ ਠੀਕ ਹੈ ਵਰਲਡ ਐਜੂਕੇਸ਼ਨ ਡੇ ਦੀ ਗੱਲ ਕੀਤੀ ਜਾਵੇ ਤਾਂ ਉਹ ਹੁੰਦਾ ਜੀ 24 ਜਨਵਰੀ ਨੂੰ ਠੀਕ ਹੈ ਤਾਂ ਤੁਸੀਂ ਨੋਟ ਕਰ ਸਕਦੇ ਹੋ ਠੀਕ ਹੈ ਜੀ ਤਾਂ ਜੋ ਆਪਣੇ ਚੌਧਰੀ ਚਰਨ ਸਿੰਘ ਸਨ ਠੀਕ ਹੈ ਉਹਨਾਂ ਦੀ ਡੈਥ ਤੇ ਉਹਨਾਂ ਦਾ ਜੋ ਬਰਥਡੇ ਸੀ ਠੀਕ ਹੈ ਉਹਨਾਂ ਦਾ ਜੋ ਬਰਥਡੇ ਸੀ ਉਸ ਨੂੰ ਆਪਾਂ ਐਜ਼ ਅ ਕਿਸਾਨ ਦਿਵਸ ਮਨਾਉਨੇ ਹਾਂ ਜੀ ਹਰ ਸਾਲ 23 ਦਸੰਬਰ ਨੂੰ ਠੀਕ ਹੈ ਹਰ ਸਾਲ 23 ਦਸੰਬਰ ਨੂੰ ਆਪਾਂ ਕਿਸਾਨ ਦਿਵਸ ਮਨਾਉਨੇ ਹਾਂ ਠੀਕ ਹੈ ਜੀ ਦੈਨ ਹੈ ਜੀ ਆਪਣੇ ਕੋਲ ਵਰਲਡ ਲਿਟਰੇਸੀ ਡੇ ਠੀਕ ਹੈ ਸੱਖਰਤਾ ਦਾ ਅੰਤਰਰਾਸ਼ਟਰੀ दिवस ठीक है साक्षरता अंतरराष्ट्रीय दिवस ठीक है वर्ल्ड जो लिटरेसी डे है यह है जी अठ सितंबर ठीक है अठ सितंबर ठीक है एंड जो वर्ल्ड स्टूडेंट्स डे है एजुकेशन रिलेटेड मैं डेज लिख रहा हाँ ठीक है इससे तो रिगार्डिंग आप एक वीडियो पूरी बनावेंगे ठीक है जो इंपोर्टेंट डेज होंगे वर्ल्ड जो स्टूडेंट्स डे है ਠੀਕ ਹੈ ਇਹ ਹੈ ਜੀ 17 ਨਵੰਬਰ ਨੂੰ ਠੀਕ ਹੈ 17 ਨਵੰਬਰ ਨੂੰ ਹੈ ਜੀ ਵਰਲਡ ਸਟੂਡੈਂਟਸ ਡੇ 10 ਦਿਨ ਇੱਕ ਹੋਰ ਵੀ ਡੇ ਮਨਾਇਆ ਜਾਂਦਾ ਜੀ ਵਰਲਡ ਜਰਨਲਿਸਟ ਡੇ ਠੀਕ ਹੈ ਜਰਨਲਿਸਟ ਜੋ ਪੱਤਰਕਾਰ ਹੁੰਦੇ ਹਨ ਉਹਨਾਂ ਦਾ ਡੇ ਵੀ 17 ਨਵੰਬਰ ਨੂੰ ਹੀ ਹੁੰਦਾ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਜੋ ਇੱਕ ਕਾਫੀ ਇੰਪੋਰਟੈਂਟ ਕੁਐਸਚਨ ਹੈ ਵਰਲਡ ਡੇ ਆਫ ਐਲੀਮੀਨੇਸ਼ਨ ਠੀਕ ਹੈ ਐਲੀਮੀਨੇਸ਼ਨ ऑफ violence ਤਾਂ ਜੋ ਹਿੰਸਾ ਦਾ ਖਾਤਮਾ ਕਰਨਾ ਠੀਕ ਹੈ ਕਿਸ ਲਈ ਹਿੰਸਾ ਦਾ ਖਾਤਮਾ ਕਰਨਾ ਅਗੇਂਸਟ ਊਮਨ ਤਾਂ ਊਮਨਸ ਦੇ ਅਗੇਂਸਟ ਠੀਕ ਹੈ ਊਮਨਸ ਦੇ ਅਗੇਂਸਟ ਜੋ ਹਿੰਸਾ ਹੁੰਦੀ ਹੈ ਠੀਕ ਹੈ ਤਾਂ ਉਸ ਦਾ ਜੋ ਖਾਤਮਾ ਕਰਨ ਦਾ ਉਸ ਦਾ ਵੀ ਇੱਕ ਅੰਤਰਰਾਸ਼ਟਰੀ ਦਿਵਸ ਮਨਾਇਆ ਜਾਂਦਾ ਠੀਕ ਹੈ ਉਸ ਦਾ ਵੀ ਇੱਕ ਅੰਤਰਰਾਸ਼ਟਰੀ ਦਿਵਸ ਮਨਾਇਆ ਜਾਂਦਾ ਹੈ ਉਹ ਹੈ ਜੀ 25 ਨਵੰਬਰ ਠੀਕ ਹੈ 25 ਨਵੰਬਰ ਨੂੰ ਮਨਾਇਆ ਜਾਂਦਾ ਹੈ ਜੀ ਊਮਨਸ ਦੇ ਅਗੇਂਸਟ ਜੋ ਹਿੰਸਾ ਹੁੰਦੀ ਹੈ ਠੀਕ ਹੈ ਉਸ ਦਾ ਖਾਤਮਾ ਕਰਨ ਲਈ ਅੰਤਰਰਾਸ਼ਟਰੀ દિવસ मनाया ਜਾਂਦਾ ਹੈ ਠੀਕ ਹੈ ਅਤੇ 26 ਨਵੰਬਰ ਨੂੰ ਤੁਹਾਨੂੰ ਪਤਾ ਹੈ ਕਿ ਆਪਣੇ ਸੰਵਿਧਾਨ ਨੂੰ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਗਿਆ ਸੀ ਠੀਕ ਹੈ ਤਾਂ ਕਨਸਟੀਟਿਊਸ਼ਨ ਡੇ ਵੀ ਮਨਾਇਆ ਜਾਂਦਾ ਹੈ ਜੀ 26 ਨਵੰਬਰ ਨੂੰ ਠੀਕ ਹੈ 25 26 ਤੁਸੀਂ ਸਿੰਪਲੀ ਯਾਦ ਰੱਖ ਸਕਦੇ ਹੋ ਠੀਕ ਹੈ ਐਂਡ ਜੋ 12 ਜੁਲਾਈ ਹੈ ਤਾਂ ਇਹ ਹੈ ਜੀ ਡੇ ਠੀਕ ਹੈ ਵਰਲਡ ਡੇ ਅਗੇਂਸਟ ਚਾਈਲਡ ਲੇਬਰ ਠੀਕ ਹੈ ਵਰਲਡ ਡੇ ਅਗੇਂਸਟ ਚਾਈਲਡ ਲੇਬਰ ਤਾਂ ਇਸ ਬਾਰੇ ਆਪਾਂ ਡਿਸਕਸ ਵੀ ਕਰਾਂਗੇ ਠੀਕ ਹੈ ਵਰਲਡ ਡੇ ਅਗੇਂਸਟ ਚਾਈਲਡ ਲੇਬਰ ਠੀਕ ਹੈ ਤਾਂ ਇਹ ਸਾਰਾ ਤੁਸੀਂ ਨੋਟ ਕਰ ਸਕਦੇ ਹੋ ਠੀਕ ਹੈ ਜੈਸਤਾ ਸਕਰੀਨ ਸ਼ਾਟ ਕਰ ਸਕਦੇ ਹੋ ਠੀਕ ਹੈ ਇੱਕ ਇੱਕ ਰਿਵੀਜ਼ਨ ਕਰ ਲੈਨੇ ਆਪਾਂ ਸਾਰਿਆਂ ਦੀ ਤਾਂ ਰਾਜੀਵ ગાંધી ਜਦੋਂ ਬਰਥਡੇ ਹੈ ਠੀਕ ਹੈ 20 ਅਗਸਤ ਠੀਕ ਹੈ ਇਸ ਨੂੰ ਐਜ਼ ਅ ਕਮਿਊਨਲ ਹਾਰਮਨੀ ਡੇ ਮਨਾਇਆ ਜਾਂਦਾ ਹੈ ਅਤੇ ਇਹਨਾਂ ਦੀ ਜਦੋਂ ਡੈਥ ਹੋਈ ਸੀ 21 ਮਈ ਠੀਕ ਹੈ ਤਾਂ ਉਸ ਦਿਨ ਆਪਾਂ ਐਂਟੀ ਟੈਰਰਿਜ਼ਮ ਡੇ ਮਨਾਨੇ ਆ ਠੀਕ ਹੈ ਨੈਸ਼ਨਲ ਜੋ ਐਜੂਕੇਸ਼ਨ ਡੇ ਹੈ 11 ਨਵੰਬਰ ਨੂੰ ਮਨਾਇਆ ਜਾਂਦਾ ਹੈ ਅਤੇ ਜਦੋਂ ਵਰਲਡ ਦੀ ਗੱਲ ਕੀਤੀ ਜਾਵੇ ਤਾਂ 24 ਜਨਵਰੀ ਨੂੰ ਮਨਾਇਆ ਜਾਂਦਾ ਹੈ ਠੀਕ ਹੈ ਤੇ ਚੌਧਰੀ ਚਰਨ ਸਿੰਘ ਦਾ ਜੋ ਬਰਥਡੇ ਹੋਇਆ ਸੀ ਠੀਕ ਹੈ ਉਹ 23 ਦਸੰਬਰ ਨੂੰ ਆਪਾਂ ਕਿਸਾਨ ਦਿਵਸ ਮਨਾਉਂਦੇ ਹਾਂ ਠੀਕ ਹੈ ਐਂਡ ਜੋ ਵਰਲਡ ਲਿਟਰੇਸੀ ਡੇ ਹੈ ਠੀਕ ਹੈ ਸੱਖਰਤਾ ਦਾ ਅੰਤਰਰਾਸ਼ਟਰੀ ਦਿਵਸ 8 ਸਤੰਬਰ ਨੂੰ ਐਂਡ ਵਰਲਡ ਜੋ ਸਟੂਡੈਂਟਸ ਡੇ ਹੈ 17 ਨਵੰਬਰ ਨੂੰ ਐਂਡ ਜੋ ਕਾਫੀ ਇੰਪੋਰਟੈਂਟ ਡੇ ਹੈ ਠੀਕ ਹੈ ਵਰਲਡ ਡੇ ਆਫ ਐਲੀਮੀਨੇਸ਼ਨ ਅਗੇਂਸਟ ਐਲੀਮੀਨੇਸ਼ਨ ਆਫ ਵਾਇਲੈਂਸ ਅਗੇਂਸਟ ਔਮਨ ਠੀਕ ਹੈ ਤਾਂ ਔਰ ਤਾਂ ਪ੍ਰਤੀਜਿਨਸ ਹੁੰਦੀ ਉਸ ਨੂੰ ਨਿਪਟਾਰਾ ਕਰਨ ਲਈ ਠੀਕਾ ਉਸ ਤੇ ਪ੍ਰਤੀ ਵੀ 25 ਨਵੰਬਰ ਨੂੰ ਡੇ ਮਨਾਇਆ ਜਾਂਦਾ ਹੈ 26 ਜਨਵਰੀ ਨੂੰ ਸੰਵਿਧਾਨ ਬਣ ਕੇ ਤਿਆਰ ਹੋਇਆ ਸੀ ਕਨਸਟੀਟਿਊਸ਼ਨ ਡੇ ਅਤੇ ਜੋ ਰੀਸੈਂਟ ਹੈ ਜੀ ਉਹ ਹੈ ਜੀ ਵਰਲਡ ਡੇ ਅਗੇਂਸਟ ਚਾਈਲਡ ਲੇਬਰ ਠੀਕ ਹੈ ਜੀ ਥੈਨ ਆਪਣਾ 13th ਕੁਐਸਚਨ ਹੈ ਤਾਂ ਇਹ ਵੀ ਕਾਫੀ ਇੰਪੋਰਟੈਂਟ ਕੁਐਸਚਨ ਹੈ ਆਪਣੇ ਲਈ ਤਾਂ ਹੂ ਅਮੰਗ ਦਾ ਫੋਲੋਇੰਗ ਪ੍ਰੈਜ਼ੀਡੈਂਟਸ ਆਫ ਇੰਡੀਆ ਵਾਸ ਦਾ ਫਰਸਟ ਚੀਫ ਮਿਨਿਸਟਰ ਆਫ ਮੋਡਰਨ ਸਟੇਟ ਆਫ ਇੰਡੀਆ ਤੇਨਾਂ ਵਿੱਚੋਂ ਕਿਹੜਾ ਜੋ ਬੰਦਾ ਸੀਗਾ ਠੀਕ ਹੈ ਉਹ ਪ੍ਰੈਜ਼ੀਡੈਂਟ ਵੀ ਰਿਹਾ ਅਤੇ ਜੋ ਮਾਡਰਨ ਸਟੇਟ ਹੈ ਠੀਕ ਹੈ ਇੰਡੀਆ ਦੇ ਉਸ ਦਾ ਪ੍ਰੈਜ਼ੀ ਉਸ ਦਾ ਜੋ ਰਾਜ ਪ੍ਰਮੁਖ ਠੀਕ ਹੈ ਉਸ ਦਾ ਸੀਐਮ ਵੀ ਰਿਆ ਤਾਂ ਜੋ ਨੀਲਮ ਸੰਜੀਵਾ ਰੈਡੀ ਹੈ ਠੀਕ ਹੈ ਨੀਲਮਾ ਸੰਜੀਵ ਰੈਡੀ ਵੀ ਕਹਿ ਦਿੰਦੇ ਹਨ 1956 ਵਿੱਚ ਇਹ ਬਣੇ ਜੀ ਆਂਧਰਾ ਪ੍ਰਦੇਸ਼ ਠੀਕ ਹੈ ਜੋ ਪਾਸ਼ਾ ਦੀ ਧਾਰ ਤੇ ਆਂਧਰਾ ਪ੍ਰਦੇਸ਼ ਬਣਿਆ ਸੀ ਆਪਣਾ ਆਂਧਰਾ ਪ੍ਰਦੇਸ਼ ਦੇ ਸੀਐਮ ਬਣੇ ਸਨ ਜੋ ਨੀਲਮਾ ਸੰਜੀਵ ਰੈਡੀ ਸਨ ਠੀਕ ਹੈ ਅਤੇ ਇਹ ਰਾਸ਼ਟਰਪਤੀ ਵੀ ਬਣੇ ਠੀਕ ਹੈ ਇੱਕ ਰਾਸ਼ਟਰਪਤੀ ਵੀ ਬਣੇ ਅਤੇ ਪਹਿਲੇ ਸੀਐਮ ਵੀ ਸਨ ਆਂਧਰਾ ਪ੍ਰਦੇਸ਼ ਤੇ ਅਤੇ ਰਾਸ਼ਟਰਪਤੀ ਬਣੇ ਸੀ ਜੀ 1977 ਵਿੱਚ ਠੀਕ ਹੈ 1977 ਵਿੱਚ ਇਹ ਬਣੇ ਜੀ ਪ੍ਰੈਜ਼ੀਡੈਂਟ ਆਫ ਇੰਡੀਆ ਠੀਕ ਹੈ ਅਤੇ ਇਹਨਾਂ ਬਾਰੇ ਦੋ ਖਾਸ ਗੱਲਾਂ ਆਪਾਂ ਹੋਰ ਵੀ ਲਿਖ ਲੈਣੇ ਆ ਕਿ ਇਹ ਜੋ ਪ੍ਰੈਜ਼ੀਡੈਂਟ ਸੀ ਠੀਕ ਹੈ ਇੱਕ ਤਾਂ ਜੋ ਪ੍ਰੈਜ਼ੀਡੈਂਟਸ ਹਨ ਆਪਣੇ ਠੀਕ ਹੈ ਫਰਸਟ ਪ੍ਰੈਜ਼ੀਡੈਂਟ ਡਾਕਟਰ ਰਜਿੰਦਰ ਪ੍ਰਸ਼ਾਦ ਉਹ ਚੁਣੇ ਗਏ ਸੀ ਅਨਪੋਜ਼ ਠੀਕ ਹੈ ਨਿਰਵਿਰੋਧ ਪ੍ਰੈਜ਼ੀਡੈਂਟ ਜੋ ਪਹਿਲੇ ਸਨ ਠੀਕ ਹੈ ਉਹ ਰਾਜਿੰਦਰ ਪ੍ਰਸ਼ਾਸਨ ਤਾਂ ਦੂਜੇ ਜੋ ਨਿਰਵਿਰੋਧ ਠੀਕ ਹੈ ਦੂਜੇ ਨਿਰਵਿਰੋਧ ਪ੍ਰੈਜ਼ੀਡੈਂਟ ਸਨ ਠੀਕ ਹੈ ਦੂਜੇ ਨਿਰਵਿਰੋਧ ਠੀਕ ਹੈ ਅਨਪੋਸਟ ਚੁਣੇ ਗਏ ਸੀ ਠੀਕ ਹੈ ਠੀਕ ਹੈ ਦੂਜੇ ਨਿਰਵਿਰੋਧ ਕਹਿ ਸਕਦੇ ਆਪਾਂ ਅਤੇ ਇਹ ਜੋ ਉਸ ਸਮੇਂ ਠੀਕ ਹੈ ਅਤੇ ਅੱਜ ਤੱਕ ਦੇ ਅੱਜ ਤੱਕ ਦੇ ਇਹ ਸਭ ਤੋਂ ਯੰਗੇਸਟ ਪ੍ਰੈਜ਼ੀਡੈਂਟ ਰਹੇ ਹਨ ਠੀਕ ਹੈ ਤਾਂ ਇਹਨਾਂ ਦੀ ਉਮਰ ਠੀਕ ਹੈ ਉਸ ਟਾਈਮ ਕਾਫੀ ਛੋਟੀ ਠੀਕ ਹੈ ਜੋ ਅੱਜ ਕੱਲ ਦੇ ਪ੍ਰੈਜ਼ੀਡੈਂਟ ਹੁੰਦੇ ਹਨ ਠੀਕ ਹੈ ਤਾਂ ਯੰਗੇਸਟ ਪ੍ਰੈਜ਼ੀਡੈਂਟ ਰਹੇ ਹਨ ਠੀਕ ਹੈ ਏ ਅਤੇ ਨਿਰਵਿਰੋਧ ਰਹਿਣ ਯੰਗੇਸਟ ਰਹਿਣ ਠੀਕ ਹੈ 1977 ਵਿੱਚ ਬਨੇ ਸਨ ਅਤੇ ਜੋ ਨੀਲਮ ਸੰਜੀਵ ਰੈਡੀ ਹੈ ਇਹ ਪਹਿਲੇ ਆਂਧਰਾ ਪ੍ਰਦੇਸ਼ ਦੇ ਸੀਐਮ ਵੀ ਰਹਿ ਚੁੱਕੇ ਹਨ ਠੀਕ ਹੈ ਤਾਂ ਇਹ ਫੈਕਟ ਤੁਸੀਂ ਇਹਨਾਂ ਨੂੰ ਯਾਦ ਰੱਖਣੇ ਹੈ ਕਿ ਨੀਲਮ ਸੰਜੀਵ ਰੈਡੀ ਕੌਣ ਸਨ ਠੀਕ ਹੈ ਮੇਲ ਸਨ ਠੀਕ ਹੈ ਨੀਲਮ ਸੰਜੀਵ ਰੈਡੀ ਸੋ ਇਹ ਆਪਣਾ ਕੁਸ਼ਣ ਅੱਗੇ ਜੀ ਕਾਫੀ ਇੰਪੋਰਟੈਂਟ ਠੀਕ ਹੈ ਤਾਂ ਕਰੰਟ ਅਫੇਅਰਸ ਵਿੱਚ ਵੀ ਇਹ ਆਪਣੇ ਕੋਲ ਕੁਸ਼ਣ ਆਏਗਾ ਤਾਂ वट इज़ द थीम ऑफ वर्ल्ड डे अगेंस्ट चाइल्ड लेबर ठीक है तो जो चाइल्ड लेबर होंगी है ठीक है उस दे जो अगेंस्ट एक विश्व डे है ठीक है जो आप बारह तरीक न मनाने ठीक है तो उस लिए जो थीम की है तो थीम आप इसका जो थीम है यह है जी एक्ट नाउ एंड चाइल्ड लेबर ठीक है हमने कोशिश करो ठीक है चाइल्ड लेबर का अंत करो ठीक है एक्ट नाउ एंड एंड चाइल्ड लेबर ਠੀਕ ਹੈ ਜੀ ਤਾਂ ਇਹ ਜੋ ਹੈ ਜੀ 12 12 ਜੂਨ ਨੂੰ ਮਨਾਇਆ ਗਿਆ ਜੀ 12 ਜੂਨ ਨੂੰ ਮਨਾਇਆ ਗਿਆ ਜੋ ਆਪਣਾ ਇੰਟਰਨੈਸ਼ਨਲ ਡੇ ਹੈ ਠੀਕ ਹੈ ਅਗੇਂਸਟ ਜੋ ਚਾਈਲਡ ਲੇਬਰ ਹੈ ਠੀਕ ਹੈ ਤਾਂ ਤਾਂ ਆਪਣਾ ਜੋ 2021 ਦਾ ਸਾਲ ਹੈ ਠੀਕ ਹੈ 2021 ਦਾ ਸਾਲ ਹੈ ਇਸ ਨੂੰ ਆਪਾਂ ਚਾਈਲਡ ਲੇਬਰ ਉਨਮੂਲਨ ਸਾਲ ਵੀ ਕਹਿ ਰਹੇ ਹਾਂ ਠੀਕ ਹੈ ਚਾਈਲਡ ਲੇਬਰ ਐਬੋਲੀਸ਼ਨイヤー ਠੀਕ ਹੈ ਅਬੋਲੀਸ਼ਨ ਠੀਕ ਹੈ ਅਬੋਲੀਸ਼ਨ Year ਠੀਕ ਹੈ ਤਾਂ ਚਾਈਲਡ ਲੇਬਰ ਨੂੰ ਆਪਾਂ ਖਤਮ ਕਰਨ ਦਾ ਸਾਲ ਕਹਿ ਰਹੇ ਹਾਂ ਜੀ 2021 ਨੂੰ ਠੀਕ ਹੈ ਤਾਂ ਇਸ ਲਈ ਇਹ ਜੋ ਡੇ ਹੈ ਠੀਕ ਹੈ ਇਹ ਕਾਫੀ ਇੰਪੋਰਟੈਂਟ ਇਸ ਲਈ ਬਣ ਜਾਂਦਾ ਹੈ ਠੀਕ ਹੈ ਕਿਉਂਕਿ ਇਸ ਸਾਲ ਨੂੰ ਹੀ ਆਪਾਂ ਚਾਈਲਡ ਲੇਬਰ ਅਬੋਲੀਸ਼ਨ Year ਦੇ ਤੌਰ ਤੇ ਮਨਾ ਰਹੇ ਹਾਂ ਠੀਕ ਹੈ ਤਾਂ ਇਸ ਕਰਕੇ ਇਹ ਜੋ ਡੇ ਹੈ ਕਾਫੀ ਇੰਪੋਰਟੈਂਟ ਬਣ ਜਾਂਦਾ ਹੈ ਇਸ ਲਈ ਥੀਮ ਕਾਫੀ ਇੰਪੋਰਟੈਂਟ ਬਣ ਜਾਂਦੀ ਹੈ ਐਕਟ ਨਾਉ ਐਂਡ ਚਾਈਲਡ ਲੇਬਰ ਠੀਕ ਹੈ ਅਤੇ ਇਹ ਜੋ ਡੇ ਸਟਾਰਟ ਹੋਇਆ ਸੀ ਜੀ 2021 ਵਿੱਚ ਜੋ ਮਨਾਰੇ ਹਾਂ ਆਪਾਂ ਚਾਈਲਡ ਲੇਬਰ ਠੀਕ ਹੈ ਤਾਂ 2002 ਤੋਂ ਮਨਾਣਾ ਸਟਾਰਟ ਹੋਇਆ ਸੀ ਠੀਕ ਹੈ 2002 ਤੋਂ ਮਨਾਣਾ ਆਪਾਂ ਸਟਾਰਟ ਕੀਤਾ ਸੀ ਠੀਕ ਹੈ ਤਾਂ ਤੁਸੀਂ ਦੱਸ ਸਕਦੇ ਹੋ ਕਿ 2016 ਨੂੰ ਆਪਾਂ ਕਿਹੜਾ ਈਅਰ ਮਨਾਇਆ ਸੀ ਤਾਂ 2016 ਨੂੰ ਮਨਾਇਆ ਸੀ ਜੀ ਆਪਾਂ ਇੰਟਰਨੈਸ਼ਨਲ ਈਅਰ ਆਫ ਪਲਸਿਸ ਠੀਕ ਹੈ ਇੰਟਰਨੈਸ਼ਨਲ ਈਅਰ ਆਫ ਪਲਸਿਸ ਠੀਕ ਹੈ ਤਾਂ ਦਾਲਾਂ ਦਾ ਅੰਤਰਰਾਸ਼ਟਰੀ ਸਾਲ ਮਨਾਇਆ ਸੀ ਜੀ ਆਪਾਂ 2000 16 ਦੇ ਵਿੱਚ ਠੀਕ ਹੈ ਦਾਲਾਂ ਦਾ ਅੰਤਰਰਾਸ਼ਟਰੀ ਸਾਲ ਮਨਾਇਆ ਸੀ 2016 ਦੇ ਵਿੱਚ ਤਾਂ ਇਸ ਤੋਂ ਇਲਾਵਾ ਜੋ ਆਪਣਾ ਅਗਲਾ 2023 ਆਣਾ ਠੀਕ ਹੈ 2023 ਆਣਾ ਠੀਕ ਹੈ ਇਸ ਨੂੰ ਆਪਾਂ ਮੋٹے اناਜ ਦਾ ਅੰਤਰਰਾਸ਼ਟਰੀ ਸਾਲ ਬਣਾਵਾਂਗੇ ਠੀਕ ਹੈ ਤਾਂ ਬਾਜਰੇ ਜਾਂ ਮੋٹے اناਜ ਦਾ ਅੰਤਰਰਾਸ਼ਟਰੀ ਸਾਲ ਹੋਏਗਾ ਜੀ 2023 ਠੀਕ ਹੈ ਤਾਂ ਇਹ ਵੀ ਕਾਫੀ ਇੰਪੋਰਟੈਂਟ ਬਣ ਸਕਦਾ ਕਿਉਂਕਿ 2021 ਜੋ ਹੈ ਇਹ ਚਾਈਲਡ ਲੇਬਰ ਅਬੋਲੀਸ਼ਨ ਇਅਰ ਦੇ ਤੌਰ ਤੇ ਆਪਾਂ ਮਨਾ ਰਹੇ ਹਾਂ ਠੀਕ ਹੈ ਤਾਂ ਇਸ ਕਰਕੇ ਇਸ ਦੀ ਥੀਮ ਅਤੇ ਇਸ ਦਾ ਡੇਟ ਹੈ ਇਹ ਕਾਫੀ ਇੰਪੋਰਟੈਂਟ ਬਣ ਜਾਂਦੀ ਹੈ ਦੈਨ ਆਪਣਾ ਅੱਜ ਦਾ ਲਾਸਟ ਕੁਐਸਚਨ ਹੈ ਤ ਰਾਸ਼ਟਰੀ ਪਰਿਆਵਰਣ ਅਨੁਸੰਧਾਨ ਸੰਸਥਾਨ ਠੀਕ ਹੈ ਇਸ ਨੂੰ ਕਹਿ ਦਿੰਨੇ ਆ ਜੀ ਸ਼ਾਰਟ ਫਾਰਮ ਵਿੱਚ ਨੀਰੀ ਠੀਕ ਹੈ ਤਾਂ ਜੋ ਨੀਰੀ ਹੈ ਇਹ ਹੈ ਜੀ ਨਾਗਪੁਰ ਦੇ ਵਿੱਚ ਠੀਕ ਹੈ ਰਾਸ਼ਟਰੀ ਅਨੁਸੰਧਾਨ ਇੰਜੀਨੀਅਰਿੰਗ ਰਿਸਰਚ ਇੰਸਟੀਚਿਊਟ ਨੀਰੀ ਹੈ ਜੀ ਇਹ ਹੈ ਜੀ ਨਾਗਪੁਰ ਦੇ ਵਿੱਚ ਠੀਕ ਹੈ ਤਾਂ ਇਸ ਤੋਂ ਇਲਾਵਾ ਦੋ ਤਿੰਨ ਹੋਰ ਇੰਪੋਰਟੈਂਟ ਅਨੁਸੰਧਾਨ ਵਾਲੇ ਠੀਕ ਹੈ ਸੈਂਟਰ ਲਿਖ ਲੈਣੇ ਆਪਾਂ ਤੇ ਇੱਕ ਆਪਾਂ ਨੂੰ ਕਾਫੀ ਜੋ ਇੰਪੋਰਟੈਂਟ ਹੈ ਤੇ ਕਾਫੀ ਆਪਾਂ ਉਸ ਨੂੰ ਜਾਣਦੇ ਹਾਂ ਠੀਕ ਹੈ ਸੈਂਟਰਲ ਰਾਈਸ ਰਿਸਰਚ ਇੰਸਟੀਚਿਊਟ ਤਾਂ ਜੋ ਸੈਂਟਰਲ ਰਾਈਸ ਰਿਸਰਚ ਇੰਸਟੀਚਿਊਟ ਹੈ ਠੀਕ ਹੈ ਕੱਚਾ ਤੁਸੀਂ ਚਾਵਲ ਖਾਓਗੇ ਤਾਂ ਟੱਕ ਦੀ ਆਵਾਜ਼ ਆਏਗੀ ਤਾਂ ਇਹ ਹੈ ਜੀ ਕਟਕ ਦੇ ਵਿੱਚ ਠੀਕ ਹੈ ਦੈਨ ਗੱਲ ਕਰੀਏ ਜੀ ਇੰਡੀਅਨ ਸ਼ੂਗਰ ਕੇਨ ਰਿਸਰਚ ਇੰਸਟੀਚਿਊਟ ਠੀਕ ਹੈ ਤਾਂ ਗੰਨਾ ਜੋ ਸਭ ਤੋਂ ਜ਼ਿਆਦਾ ਹੁੰਦਾ ਹੈ ਜੀ ਇਹ ਯੂਪੀ ਦੇ ਵਿੱਚ ਹੁੰਦਾ ਹੈ ਠੀਕ ਹੈ ਦਾ ਇੰਡੀਅਨ ਜੋ 슈ગર ਕੇਨ ਰਿਸਰਚ ਵੀ ਇੰਸਟੀਚੂਟ ਵੀ ਹੋਏਗੀ ਉਹ ਵੀ ਯੂਪੀ ਦੇ ਵਿੱਚ ਹੋਏਗੀ ਜੀ ਠੀਕ ਹੈ ਤਾਂ ਯੂਪੀ ਦੇ ਵਿੱਚ ਹੈ ਜੀ ਲਖਨਊ ਦੇ ਵਿੱਚ ਠੀਕ ਹੈ ਲਖਨਊ ਦੇ ਵਿੱਚ ਹੈ ਜੀ ਇੰਡੀਅਨ 슈ગર ਕੇਨ ਰਿਸਰਚ ਇੰਸਟੀਚੂਟ ਠੀਕ ਹੈ ਦੋਸਤੋਂ ਲਾਵਾ ਹੈ ਜੀ ਸੈਂਟਰਲ ਇੰਸਟੀਚੂਟ ਆਫ ਐਗਰੀਕਲਚਰ ਇੰਜੀਨੀਅਰਿੰਗ ਤਾਂ ਪੋਪਾਲ ਦੇ ਵਿੱਚ ਹੈ ਠੀਕ ਹੈ ਸੈਂਟਰਲ ਇੰਸਟੀਚੂਟ ਫਾਰ ਐਗਰੀਕਲਚਰਲ ਇੰਜੀਨੀਅਰਿੰਗ ਠੀਕ ਹੈ ਐਗਰੀਕਲਚਰਲ ਇੰਜੀਨੀਅਰਿੰਗ ਠੀਕ ਹੈ ਤਾਂ ਉਹ ਹੈ ਜੀ ਪੋਪਾਲ ਦੇ ਵਿੱਚ ठीक है जी तो अलावा जो इंटरनेशनल आप पीछे देखे से ना इंटरनेशनल ईयर ऑफ पल्सिस है जी दो हज़ार सोलह जो इंटरनेशनल जो इंडियन है ठीक है इंडियन इंस्टीट्यूट ऑफ पलसिस ये यह तो याद रख लो इंडियन इंस्टीट्यूट ऑफ पलसिज़ कितने ठीक है इंडियन इंस्टीट्यूट ऑफ पल्सिस का दालों बारे रिसर्च करता है यह है जी कानपुर ठीक है कानपुर यूपी के ठीक है इंडियन इंस्टीट्यूट ऑफ पल्सिस ठीक है ਤਾਂ ਇਹਨੇ ਤੁਸੀਂ ਯਾਦ ਰੱਖ ਲਓ ਠੀਕ ਹੈ ਬਾਕੀ ਆਪਾਂ ਟਾਈਮ ਟੂ ਟਾਈਮ ਲੈ ਕੇ ਆਵਾਂਗੇ ਸੋ WhatsApp ਗਰੁੱਪ ਦਾ ਹਿੱਸਾ ਬਣਨ ਲਈ ਸਿੰਪਲੀ ਤੁਸੀਂ ਆਪਣਾ ਨੇਮ ਲਿਖਣਾ ਹੈ ਠੀਕ ਹੈ ਆਪ ਦਾ ਪੇਪਰ ਸਿਟੀ ਐਂਡ ਆਪਣੇ ਇਸ ਨੰਬਰ ਤੇ ਭੇਜ ਸਕਦੇ ਹੋ ਤੁਸੀਂ Telegram ਚੈਨਲ ਨੂੰ ਜੁਆਇਨ ਕਰ ਸਕਦੇ ਹੋ ਠੀਕ ਹੈ Instagram ਨੂੰ ਲਾਈਕ ਕਰ ਸਕਦੇ ਹੋ Facebook ਪੇਜ ਨੂੰ ਵੀ ਲਾਈਕ ਕਰ ਸਕਦੇ ਹੋ ਅਤੇ ਜੋ ਸਟਾਰਟਿੰਗ ਵਿੱਚ ਤੁਸੀਂ ਪੋਇਟਰੀ ਸੁਣੀ ਸੀ ਠੀਕ ਹੈ ਉਹ ਮੇਰੀ ਆਪ ਦੀ ਹੀ ਪੋエム ਸੀ ਤੁਸੀਂ ਜੋ ਮੇਰਾ ਚੈਨਲ ਹੈ ਠੀਕ ਹੈ KC Abou ਹੋ ਠੀਕ ਹੈ ਇਤੋਂ ਹੀ ਮੈਂ ਤੁਹਾਨੂੰ ਰਿਪਲਾਈ ਕਰਦਾ ਹਾਂ ਠੀਕ ਹੈ ਤੁਹਾਡੇ ਡਾਊਟਸ ਦੇ ਠੀਕ ਹੈ ਤਾਂ ਤੁਸੀਂ ਇਸ ਨੂੰ ਫੋਲੋ ਕਰ ਸਕਦੇ ਹੋ ਠੀਕ ਹੈ ਤਾਂ ਇੱਥੇ ਤੁਸੀਂ ਸੁਣ ਸਕਦੇ ਹੋ ਠੀਕ ਹੈ ਤਾਂ ਸਿੰਪਲੀ ਤੁਸੀਂ ਜਾ ਕੇ ਜ਼ਰੂਰ ਇੱਥੇ ਜਾਇਓ ਠੀਕ ਹੈ ਅਤੇ ਕਮੈਂਟ ਕਰਕੇ ਵੀ ਦੱਸਿਓ ਮੈਨੂੰ ਠੀਕ ਹੈ ਮੈਨੂੰ ਵਧੀਆ ਲੱਗੇਗਾ ਤਾਂ ਜੋ ਚੈਨਲ ਹੈ ਠੀਕ ਹੈ ਕੇ ਸੀ ਬਹੁਤ ਠੀਕ ਹੈ ਤੁਸੀਂ ਸਿੰਪਲੀ ਸਰਚ ਕਰੋਗੇ ਤਾਂ ਵੀ ਆ ਜਾਏਗੀ ਠੀਕ ਹੈ ਅਤੇ ਮੈਂ ਤੁਹਾਨੂੰ ਰਿਪਲਾਈ ਕਰਦਾ ਹੀ ਰਹਿਣਾ ਠੀਕ ਹੈ ਇਸ ਆਈਡੀ ਤੋਂ ਤਾਂ ਤੁਸੀਂ ਇੱਥੇ ਜੁਆਇਨ ਕਰ ਸਕਦੇ ਹੋ ਮੇਰੇ ਨਾਲ ਸੋ ਇਹ ਹੈ ਜੀ ਆਪਣੀ ਵੀਡੀਓ ਦਾ ਐਂਡ ਸੋ ਥੈਂਕ ਯੂ ਫॉर ਲਿਸਨਿੰਗ ਗੋਡ ਬlesਸ ਯੂ ਆਲ